ਸਸਿਗਲ ਜੀ ਹਾਊ ਆਰ ਯੂ ਵਾਟ ਆਰ ਯੂ ਡੂ ਹਾਊ ਆਰ ਯੂ ਗਾਇਸ ਡੂਇੰਗ ਮੈਂ ਅੰਗਰੇਜ਼ ਬਲਾ ਕਿਉਂ ਬੋਲੀ ਐ ਕਿਉਂਕਿ ਮੈਨੂੰ ਆਂਦੀ ਐ ਸਵਾਗਤ ਕਰਦੇ ਆ ਤੁਹਾਡੇ ਸਾਰਿਆਂ ਦਾ ਤੁਹਾਡੇ ਫੇਵਰਿਟ ਕਾਮੇਡੀ ਸ਼ੋਅ ਸਟੈਂਡ ਅਪ ਦਿ ਪਾਵਰ ਕੱਪ ਸੀਜ਼ਨ 2 ਮੈਂ ਪ੍ਰਵਿੰਦਰ ਸਿੰਘ ਤੇ ਅੱਜ ਦੇ ਸਾਡੇ ਗੈਸਟ ਨੂੰ ਬੁਲਾਉਣ ਤੋਂ ਪਹਿਲਾਂ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਐ ਤੁਹਾਡੇ ਸਾਰਿਆਂ ਨਾਲ ਉਹ ਗੱਲ ਜਿਹੜੀ ਤੁਹਾਡੇ ਦੋਸਤ ਬੋਲਦੇ ਐ ਤੇ ਤੁਹਾਡੀ ਜ਼ਿੰਦਗੀ ਐਨ ਚੇਂਜ ਕਰ ਦਿੰਦੇ ਐ ਇੱਕ ਲਾਈਨ ਹੈ ਉਹ ਬਸ ਉਹ ਲਾਈਨ ਪਤਾ ਕੀ ਹੈ ਤੇਰੇ ਵਾਲੀ ਦੇਖ ਰਹੀ ਹੈ ਹਸੀ ਹਸੀ ਉਹ ਹੌਲੀ ਹੌਲੀ ਵੇਖੀ ਸਿੱਤਰ ਵੇਖ ਹਾਂ 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 ਮੈਂ ਤਿੰਨ ਚਾਰ ਦਿਨਾਂ ਦਾ ਦੇਖ ਰਹਾ ਬਾਬੇ ਵੇਖਦੀ ਉਹ ਤੇਰੇ ਨਾਲ ਓਏ ਪਪਾ ਵੀ ਨੇ ਫਿਰ ਵੇਖਿਆ ਉਹ ਆਪਣੀ ਸਹੇਲੀ ਤੋਂ ਦੱਸ ਲਈ ਤੇਰੇ ਬਾਰੇ पर हांप चढ़ाई जान बिना नजायरी ते दे देख रहे मेरे हाल फिर जुन चुनके गांड दीटेंस संटेंस इन लंबिया आ भी दो बड़ी फूक चढ़ाते दूजे एवं खलोते फूक चढ़ा यार देखा तो करना किडे कि वे बंद बैठना उठना है ਵੱਡੀ ਗੱਡੀ ਲਾਲਾ ਬੱਬੇ ਵੱਡੀ ਗੱਡੀ ਤੇਰੇ ਹੱਥ ਚ 10000 ਵਾਲਾ ਫੋਨ ਨਹੀਂ ਸੂਟ ਕਰਦਾ ਮਹਿੰਗਾ ਲੈ ਮਹਿੰਗਾ ਆਈਫੋਨ 14 ਵਾਲਾ ਉਹੀ ਸੂਟ ਕਰਦਾ ਤੇਰੇ ਹੱਥ ਚ ਤੇਰੀ ਪਰਸਨੈਲਿਟੀ ਨੂੰ ਉਹ ਲੈ ਉਹ ਲੈ ਉਹ ਲੈ ਉਹ ਕਿ ਫਿਰ ਸੋਚ ਰਹਾਂ ਹਾਂ ਬਈ 10000 ਵਾਲਾ ਫੋਨ ਆਇਆ ਫਿਰ ਬਿੱਟੀ ਹੋਏ ਨਾ ਇਹਦੀ ਕਿਹੜੀ ਗੱਲ ਹੈ ਹੁਣੇ ਮੇਰੇ ਕੋ ਟ੍ਰਾਂਸਫਰ ਲੈ ਮਿੰਨ ਦੇ ਦੇ ਤੇ ਇੱਕ ਗੱਲ ਜਿਹੜੀ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਲੋਕਾਂ ਨੂੰ ਦਿਖਾਣ ਲਈ ਨਾ ਜਿਓ ਐਦਾਂ ਜਿਓ ਕਿ ਲੋਕੀ ਆਪ ਤੁਹਾਨੂੰ ਦੇਖਣ ਤੇ ਧਰ ਤੋਂ ਪ੍ਰੇਰਨਾ ਲੈ। ਓਏ ਮੈਂ ਮੈਂ ਜੋ ਮੈਂ ਤੇਰੇ ਨਾਲ ਗੱਲ ਸਹਿਮਤ ਆ ਪੂਰੀ ਮੇਰੀ ਗੱਲ ਸੁਣਨ ਨਾਲੇ ਵਾਚ ਐਪਲ ਉਹ ਚ ਨਹੀਂ 8 ਆ ਰਹੀ ਐ ਸੀਰੀਜ਼ ਉਹ ਨਹੀਂ ਐਵੇਂ ਕਰੀ ਜਿਹੜਾ 13 Pro Max ਐ ਉਹ ਮੈਨੂ ਦੇ ਦੀ ਯਾਰ ਆਪਣੇ ਚ ਕੁਝ ਵੰਡਿਆ ਹੋਇਆ ਐ ਮੈਂ ਪੈਸੇ ਟਰਾਂਸਫਰ ਕਰ ਦੂੰਗਾ ਤੈਨੂੰ ਹਾਂ ਓਕੇ ਬਾਏ ਬਾਏ ਐਵੇਂ ਨਾ ਕਿਸੇ ਦਾ 1.5 ਦੋ ਲੱਖ ਲਵਾ ਕੇ ਅਗਲੇ ਨੂੰ ਕਰਜੇ ਥੱਲੇ ਲਵਾ ਦੀ ਆਪ ਤੂੰ ਡੱਡੂ ਚਾਰਜਰ ਵੀ ਕਿਸ਼ਤਾਂ ਤੇ ਲਿਆ ਐ ਐਵੇਂ ਭੂਖ ਚਕਾਈ ਜਾਣਗੇ ਲੋਕਾਂ ਨੂੰ ਭੂਖ ਚਕਾਈ ਜਾਣਗੇ ਤੈਨੂੰ ਕੀ ਪਤਾ ਬਾਬੇ ਯਾਰੀ ਹੈ ਯਾਰੀ ਜਿੰਦਾਬਾਦ ਰਹਿਣ ਬਿਲੋ ਯਾਰੀਆਂ ਉਹ ਜਿੰਨਾ ਕਰਕੇ ਜਿਉਂਦਾ ਸਤਾ ੱਟ ਨਹੀਂ ਭਾਈ ਐ ਫੋਨ ਮਾਰੇ ਤੇ ਨਾ ਐ ਫੋਨ ਮਾਰੇ ਤੇ 50 ਗੱਡੀਆਂ ਇਕੱਠੀਆਂ ਕਰ ਦਿੰਨਾ ਬਾਬੇ ਇਹ ਬਈ ਸਗੀ ਭੈਣ ਦੇ ਵਿਆਹ ਤੇ ਘਰ ਛੱਡ ਕੇ ਹੀ ਅਗਲੇ ਕਹਿੰਦੇ ਘਰ ਬਹਿ ਮਠਾਈਆਂ ਦਾ ਧਿਆਨ ਰੱਖੇ ਤੇ ਮੱਖੀਆਂ ਨਾ ਬਹਿਣ ਕਰੋੜਾਂ ਚ ਕਰੋੜਾਂ ਚ ਖੇਡੀ ਦਾ ਕਰੋੜਾਂ ਚ ਇੱਕ ਫੋਨ ਮਾਰਾ ਨਾ ਤਾਂ ਆ ਕਰੋੜ ਰੁਪਈਆ ਤਾਂ ਉਹੀ ਟਰਾਂਸਫਰ ਹੋ ਜਾਂਦਾ ਕਾਉਂਟਾ ਚ ਯਾਰ ਦੋਸਤ ਨਾ ਪਲਾਟਾਂ ਦੀ ਰਜਿਸਟਰੀ ਚੱਕੀ ਫਿਰਦੇ ਨੇ ਸੱਤੇ ਤੂੰ ਹੁਕਮ ਕਰ 10000 ਯਾਰ ਤੇਰੇ ਪਿੱਛੇ ਚਾਨ ਹਾਜ਼ਰ ਐ ਤੈਨੂੰ ਕੀ ਪਤਾ ਮੰਗ ਮਾ ਕੋਟ ਪਾ ਕੇ ਪਿਉਆ ਦਾ ਵਿਆਹ ਦੇਖਣ ਆਲੇ ਆ ਮਾਰਦਾ ਗੱਲਾਂ ਇੰਨੀ ਆ ਨਾ ਛੱਡਿਆ ਕਰ ਕਿ ਤੇਰੇ ਤੋਂ ਵੀ ਲੰਬੀਆਂ ਹੋ ਜਾਣ ਇਹ ਵੀ ਨਹੀਂ ਗੱਲ ਤੋਂ ਅੰਮਿਤ 5 ਕਰੋੜ 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 ਬਣੀ ਹੋਈ ਐ ਲੋੜੀ ਵਾਲੇ ਟਾਈਮ ਤੇ ਲੋੜੀ ਵਾਲੇ ਟਾਈਮ ਤੇ ਚਾਈਨਾ ਡੋਰ ਦੇ ਗੱਟੂ ਨਹੀਂ ਹੁੰਦੇ ਬਲੈਕ ਚ ਵੇਚਦਾ ਯਾਰ ਇਹ ਦੋ ਰੁਪਏ ਦੋ ਰੁਪਏ ਲੈ ਕੇ ਲੋਕਾਂ ਨੂੰ ਭਾਜੀ ਤੁਹਾਡੀ ਗੱਡੀ 'ਚ ਤਲਾਹ ਪਾਦਾ 5 5 ਰੁਪਏ ਲੈ ਕੇ ਭਾਜੀ ਗੱਡੀ ਦਾ ਛੱਪ ਕੱਢਦੇ ਆ ਭਾਜੀ ਭਾਜੀ ਝਾਂਬਾ ਲੈ ਕੇ ਆਇਆ ਤੁਹਾਡੀ ਗੱਡੀ ਲੁੱਟ ਕੇ ਲਿਆਉਂਗਾ ਕਿੰਨੇ ਪੈਸੇ ਦੇਵੋਗੇ ਇਹ ਤੇ ਉਹ ਵੀ ਪੁੰਨ ਨਹੀਂ ਕਰ ਸਕਦਾ ਜਿਹੜਾ ਪੁੰਨ ساری ਦੁਨੀਆ ਖਟਨਾ ਚਾਹਦੀ ਹੈ ਕਿਹੜੀ ਖੂਨਦਾਨ ਓਏ ਕਿਆ ਕਿਉ ਇਹਨੂੰ ਸੁਈ ਲਈ ਕੋਮਾ ਚ ਚਲਾ ਗਿਆ ਤੇਰੀ ਝੱਪ ਤਾਂ ਮੈਂ ਕੱਢੂੰ ਤਾਓ ਸੁਣਿਆ ਨੀ ਹੱਡ ਦੁਖ ਦੇ ਸਿਆਲ ਚ ਉਬੜੇ ਦੇਖ ਲੈ ਵੀਰੇ ਸਿਆਲ ਆਉਣੇ ਵਾਲਾ ਗੇ ਇਹ じゃ ਰੈਂਪੜਾ ਚੜੂਆਂ ਰੈਂਪੜਾ ਛੱਡ ਪਤਾ ਕੀ ਐ ਜੋ ਕੰਮ ਤੈਨੂੰ ਸ਼ੋਭਾ ਦਿੰਦਾ ਨਾ ਉਹ ਕਰ ਬਾਹਰ ਬਿੱਲੀਆਂ ਤੇ ਬਲੂੰਗੜੇ ਨੇ ਉਹਨਾਂ ਨਾਲ ਲੁਕੜ ਮਿੱਟੀ ਖੇਡ ਜਾ ਕੇ ਉਹਨਾਂ ਨੂੰ ਐਂਕੀਨ ਕਰ ਤੇ ਮੈਨੂੰ ਮੇਰਾ ਕੰਮ ਕਰਨ ਦੇ ਕੋਈ ਨਾ ਦੇਖਦਾ ਤੈਨੂੰ ਮੈਂ ਅੱਖਾਂ ਬੰਦ ਕਰਦਾਂ ਲੁਕ ਜਾ ਜਾ ਕੇ ਫੜਾ ਫੜ। ਹੱਟ ਤੋ ਖਦੇ ਸਿਹਾਲ ਚ ਵੜੇ। ਇਹੋ ਜਿਹੇ ਫੁਕਰਿਆਂ ਤੋਂ ਰੋ ਤੁਸੀਂ ਸਾਵਧਾਨ। ਸੋ ਲੋ ਜੀ ਹੁਣ ਵੇਲਾ ਹੋ ਗਿਆ ਸਾਡੇ ਅੱਜ ਦੇ ਮਹਿਮਾਨ ਨੂੰ ਬੁਲਾਉਣ ਦਾ। ਤਿਆਰ ਹੋ ਤੁਸੀਂ ਸਾਰੇ? ਤੁਸੀਂ ਤਿਆਰ ਹੋ? ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰਾਂਗੇ ਵੈਰੀ ਫਨੀ ਵੈਰੀ ਟੈਲੈਂਟਡ ਮਿਸਟਰ ਖਿਆਲੀ। ਭਾਜੀ ਇੰਨੀ ਪੇਮੈਂਟ ਨਹੀਂ ਦਿੱਤੀ ਜਿੰਨਾ ਤੁਸੀਂ ਪੌਂ ਪੌਂ ਕਰਤਾ ਇਹ ਬੰਦਾ ਸੋਚਦਾ ਵੀ ਕੇਪ ਲਗਾਣ ਤੋਂ ਬੰਦਾ ਹਿਮੇਸ਼ ਰਸਮੀਆਂ ਬਣ ਜਾਂਦਾ ਹੈ ਇਹ ਸਾਡਾ ਚੰਡੀਗੜ੍ਹ ਦਾ ਪੌਂ ਪੌਂ ਕਰਨ ਵਾਲਾ ਰਸਮੀਆਂ ਬਹੁਤ ਪੁਰਾਣੀ ਟੀਮ ਵੱਡੇ ਮਿਊਜ਼ੀਸ਼ੀਅਨ ਭਾਜੀ ਹਾਂਜੀ ਬੜੀ ਬੜੀ ਸਟੇਜਾਂ ਲੈਂਦੇ ਆ ਪੂਰੇ ਇੰਡੀਆ ਦੇ ਵਿੱਚ ਬੜੇ ਪੁਰਾਣੇ ਖਿਡਾਰੀ ਇਹ ਮੋਹਨਜੋਦੜੋ ਦੀ ਖੁਦਾਈ ਦੇ ਵਿੱਚ ਮਿਲੇ ਸੀ ਭਾਜੀ ਤੇ ਸਾਡੀ ਹਿੰਮਤ ਹੌਸਲਾ ਵੇਖੋ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਇਹੋ ਜੀ ਆਈਟਮਾਂ ਨੂੰ ਕੋਈ ਰਾਹ ਨਹੀਂ ਦਿੰਦਾ ਅਸੀਂ ਸਟੇਜ ਦਿੱਤਾ ਹੋਇਆ ਵਾ ਵਾ ਤੇ অর ਪਰਮਿੰਦਰ ਭਾਜੀ ਵਧੀਆ ਜੀ ਪੰਜਾਬ ਦੇ ਵਿੱਚ ਇੱਕ ਨਾ ਟਰੇਡ ਹੈ ਸੁਖਵਿੰਦਰ ਸੁਖੀ ਗੁਲਜਿੰਦਰ ਗੁੱਲੀ ਤੇ ਪਰਮਿੰਦਰ ਦਾ ਪੰਮੀ ਕਿ ਰਖਦੇ ਹੀ ਨਾ ਹਾਂ ਤੇ ਅਸ ਤੂੰ ਤੂੰ ਸਾਡਾ ਪੰਮੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਪੀਲਾ ਕੋਟ ਪਾ ਕੇ ਦੂਰੋਂ ਵੇਖੋ ਨਾ ਐਜ ਲੱਗਦਾ ਵੀ ਕੋਈ ਦਲੇਰ ਮਹਿੰਦੀ ਦਾ ਛੋਟਾ ਭਰਾ ਬੈਠਾ ਹੈ ਤੇ ਇੱਕ ਗੱਲ ਯਾਰ ਮੈਂ ਨਾ ਬਹੁਤ ਬੰਬੇ ਜਿਵੇਂ ਕੰਮ ਕੀਤਾ ਸਾਡੇ ਨਾਲ ਇੱਕ ਰਾਜਕੁਮਾਰ ਰੈਂਚੋਂ ਆਂਦਾ ਸੀ ਜਿਹੜਾ ਬੰਦਰ ਦੇ ਨਾਲ ਇਹ ਪੌਂ ਪੌਂ ਚੋਂ ਚੋਂ ਆਈਟਮ ਕਰਦਾ ਸੀ ਤੇ ਪਹਿਲੀ ਵਾਰੀ ਮੈਂ ਵੇਖਿਆ ਕਿ ਪੰਮੀ ਸਾਡਾ ਇੰਨਾ ਵੱਡਾ ਕਮੇਡੀਅਨ ਕਿ ਜਿਹੜਾ ਆਪ ਦੇ ਕੱਪ ਦੇ ਨਾਲ ਗੱਲ ਕਰਕੇ ਤੇ ਉੱਥੇ ਹੀ ਕੱਪ ਨੂੰ ਰੱਖ ਲਿੰਦਾ ਸਟਾਰ ਦੇ ਨਾਲ ਕੌਣ ਕੌਣ ਕਰ ਰਿਆ ਸੀ ਗੱਲਾਂ ਇੱਥੇ ਕੱਪ ਨਹੀਂ ਸੀ ਨਹੀਂ ਉਹ ਸੱਤਾ 87 ਅੱਟ ਮੈਂ ਸੋਚਿਆ ਪਤਾ ਨਹੀਂ ਕੱਪ ਗੱਲ ਕਰ ਰਹੇ ਹਾਂ ਮੈਂ ਉਹ ਸੱਤੇ ਨੂੰ ਪੁੱਛਿਆ ਮੈਂ ਕਿਆ ਭਰਾ ਤੂੰ ਛੋਟਾ ਕਿਵੇਂ ਰਹਿ ਗਿਆ ਕਹਿੰਦਾ ਜੀ ਬਚਪਨ ਤੇ ਮੇਰੇ ਡੈਡੀ ਕਹਿੰਦੇ ਵੀ ਤੂੰ ਰੁੱਕ ਮੈਂ ਆਇਆ ਤੇ ਉਹ ਆਏ ਨਹੀਂ ਤੇ ਮੈਂ ਇੱਥੇ ਹੀ ਰੁਕਿਆ ਹੋਇਆ ਤੇ ਬਹੁਤ ਵਧੀਆ ਜੋੜੀ ਟੁੱਡੀ ਬਹੁਤ ਵਧੀਆ ਕਲਾਕਾਰੀ ਤੇ ਸੋਹਣੀਆਂ ਸੋਹਣੀਆਂ ਕੁੜੀਆਂ ਵਾ 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 ਪਰਮੇਂਦਰ ਵਰਗੇ ਮੁੰਡੇ ਆਂਦੇ ਆ ਨਾ ਬੰਬੇ ਤੇ ਕੁੜੀਆਂ ਨੂੰ ਵੇਖ ਕੇ ਫਿਰ ਕਹਿੰਦਾ ਜੀ ਸਫੇਦ ਸਾੜੀ 'ਤੇ ਜਦ ਤੂੰ ਲਾਲ ਬਿੰਦੀ ਲਗਾਤੀ ਹੋ ਸਫੇਦ ਸਾੜੀ 'ਤੇ ਜਦ ਤੂੰ ਲਾਲ ਬਿੰਦੀ ਲਗਾਤੀ ਹੋ ਮਾ ਕਸਮ ਐਂਬੂਲੈਂਸ ਨਜ਼ਰ ਆਤੀ ਹੋ ਜাদু ਉਹਨੇ ਕੱਢਣੀ ਜੁੱਤੀ ਤੇ ਫੁਰਨ ਅਗਲੀ ਲੈਣ ਕਹਿੰਦਾ ਉਹ ਗਾਇਲਾਂ ਨੂੰ ਲੈ ਜਾਂਦੀ ਐ ਤੁਸੀਂ ਗਾਇਲ ਕਰਕੇ ਜਾਂਦੇ ਹੋ ਕੋਈ ਵੀ ਹਾਂ ਠੀਕ ਐ ਤੇ ਇਥੇ ਪੰਜਾਬੀ ਵਾਲੀ ਗੱਲਾਂ ਅਲੱਗ ਹੀ ਭਾਜੀ ਪਹਿਲੇ-ਪਹਿਲੇ ਨਾ ਸ਼ੁਰੂ-ਸ਼ੁਰੂ ਤੇ ਤੂੰ ਚੰਦਰਮੁਖੀ ਮੈਂ ਸੂਰਜਮੁਖੀ ਜਿਹੜੀ ਵੀ ਕੁੜੀ ਮਿਲੇ ਗੱਲਬਾਤ ਸ਼ੁਰੂ ਕਰਨੀ ਤੇ ਤੂੰ ਚੰਦਰਮੁਖੀ ਮੈਂ ਸੂਰਜਮੁਖੀ ਵਿਆਹ ਹੋ ਗਿਆ ਤਾਂ ਕਹਿੰਦੇ ਤੂੰ ਮੁਜ ਸੇ ਦੁਖੀ ਮੈਂ ਤੁਜ ਸੇ ਦੁਖੀ ਤੇ ਅਲੱਗ-ਅਲੱਗ ਗੱਲਾਂ ਅਲੱਗ-ਅਲੱਗ ਕਹਾਣੀਆਂ ਹਰ ਸਟੇਟ ਦੀ ਹਰ ਜਗ੍ਹਾ ਦੀ ਹੁੰਦੀ ਹੈ ਮੇਰਾ ਪਿੰਡ ਭਾਜੀ ਬਾਰਡਰ ਤੇ ਲੱਗ ਗਈ ਪੰਜਾਬ ਦੇ ਕਈ ਦਿਨ ਪਹਿਲਾਂ ਅੰਗਰੇਜ਼ ਆ ਗਏ ਉੱਥੇ ਅੰਗਰੇਜ਼ ਆਏ ਕੋਈ ਆਪਣੀ ਪੰਜਾਬੀ ਸਰਚ ਕਰਨ ਵਾਸਤੇ ਉਹ ਪਿੰਡ ਵੇਖਣ ਆਏ ਤੇ ਪਿੰਡ ਵਾਲਿਆਂ ਨੇ ਮੈਨੂੰ ਅੱਗੇ ਕਰਤਾ ਕਹਿੰਦਾ ਸਪੀਕੋ ਖਿਆਲੀ ਬੰਬੇ ਹੁਣ ਮੈਂ ਸਪੀਕਾਂ ਕਿ ਭਾਜੀ ਮੇਰੇ ਨਾਮ ਦਾ ਹੀ ਪੰਗਾ ਪੈ ਜਾਂਦਾ ਕੋਈ ਫੋਨ ਆਂਦਾ ਨਾ ਕੌਣ ਬੋਲਦਾ ਮੈਂ ਖਿਆਲੀ ਕੰਟਰਾਲੀ ਮਮ ਕਾ ਟਰਾਲੀ ਨਹੀਂ ਭਾਜੀ ਖਿਆਲੀ ਪਿਆਲੀ ਹਮ ਕਾ ਨਹੀਂ ਪਿਆਲੀ ਨਹੀਂ ਭਾਜੀ ਖਿਆਲੀ ਖਿਆਲੀ ਖ ਇਹ ਅੱਗੇ ਡੰਡਾ ਲਾਏ ਈ ਦੀ ਮਾਤਰਾ ਲਾਓ ਖਿਆਲੀ ਆਹੋ ਕਈ ਵਾਰੀ ਭਾਜੀ ਸਮਝਣਾ ਔਖਾ, ਕਈ ਵਾਰੀ ਸਮਝਾਣਾ ਔਖਾ। ਬਈ ਪੰਜਾਬੀ ਪੜ੍ਹਨੀ ਨਹੀਂ ਆਂਦੀ ਸਾਨੂੰ। ਇੱਕ ਦਿਨ ਲਿਖਿਆ ਹੋਇਆ ਸੀ ਫੋਟੋ ਸਟੇਟ। ਮੈਂ ਉਹਨੂੰ ਹਿੰਦੀ 'ਚ ਪੜਤਾ ਟੈਡ ਮਟੇਟ। ਤੇ ਪਿੰਡ ਵਾਲਿਆਂ ਨੇ ਮੈਨੂੰ ਅੱਗੇ ਕਰਤਾ ਕਹਿੰਦਾ ਜੀ ਬੰਬੇ ਕਮੇਡੀਅਨ ਸਟੈਂਡ ਅਪ ਸਪੀਕੋ। ਉਹਨਾਂ ਸਪੀਕਰ ਕੇ ਅੰਗਰੇਜ਼ ਜਣੇ ਨੇ ਸਭ ਤੋਂ ਪਹਿਲੇ ਇਹੀ ਪੁੱਛਿਆ ਕਹਿੰਦਾ ਜੀ ਤੇਰਾ ਨਾਂ ਕੀ ਏ? ਮੈਂ ਕਹਿੰਦੀ ਖਿਆਲੀ। ਆਹ ਮਿਸਟਰ ਕਾਲੀ। ਮੈਂ ਕਹ ਕਾਲੀ ਨਹੀਂ ਪੈਂਦੀ ਖਿਆਲੀ, ਖਿਆਲੀ। ਹਾਂ ਆਈ نو ਵੈਰੀ ਵੈਲ ਕਾਲੀ। ਮਗਾ ਠੀਕ ਹੈ ਤੇ ਮੈਨੂੰ ਪੁੱਛਣ ਲੱਗੀ ਵੀ ਤੁਸੀਂ ਕਿੰਨੇ ਪੈਨ ਪਰਾਉ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਵੀ ਇਹਨਾਂ ਦੇ ਅੱਗੇ ਆਪ ਨੂੰ ਨਾ ਦੱਬਣਾ ਨਾ ਡਰਣਾ ਜਿਹੜਾ ਵੀ ਪੁੱਛੇ ਖੁੱਲ ਕੇ ਕਿੰਨੇ ਪੈਨ ਪਰਾਉ ਮੈਂ ਕਹਿੰਦੀ 12 ਲਾ 12 ਤੁਸੀਂ ਇੰਡੀਅਨ ਕਹਿੰਦੇ ਉਹ ਵੀ ਬੱਚੇ ਦੋ ਹੀ ਅੱਛੇ ਮੈਂ ਕਹਾ ਹਾਂਜੀ 12 ਤੂੰ ਦੋ ਤਾਂ ਅੱਛੇ ਨਿਕਲਣਗੇ ਤੋ ਉਹਦੇ ਬਾਦ ਉਹ ਕਹਿੰਦੇ ਸੀ ਮੈਮ ਅਸੀਂ ਪਿੰਡ ਵੇਖਣਾ ਤੁਹਾਡਾ ਮਗਾ ਜੀ ਚਲੋ

this is air condition ਕਿੱਥੋਂ ਹਵਾ ਆਉਂਦੀ ਕਿੱਥੇ ਹਵਾ ਜਾਂਦੀ ਕੋਈ ਸਾਇੰਟਿਸਟ ਇਹਦਾ ਪਤਾ ਨਹੀਂ ਲਗਾ ਪੰਦੀ ਤੇ ਇਸ ਤਰ੍ਹਾਂ ਕਰਕੇ ਸਾਡੇ ਕਲਚਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪੰਜਾਬੀ ਕਲਚਰ ਹੈ ਕਿ ਹਰ ਬੰਦਾ ਇੱਥੇ ਮਤਲਬ ਇੱਕ ਤਰ੍ਹਾਂ ਦਾ ਮੋਟੀਵੇਟਿਡ ਹੈ ਭਾਜੀ ਇੱਕ ਦੋਸਤ ਮੇਰੇ ਗੁਲਜਿੰਦਰ ਸਿੰਘ ਉਹ ਪਹੁੰਚ ਕੇ ਕੈਨੇਡਾ ਤੇ ਕੈਨੇਡਾ ਰਹਿਣ ਲੱਗੇ ਤੇ ਭਾਜੀ ਉਹਨਾਂ ਨੇ ਇੱਕ ਦਿਨ ਪਤਾ ਨਹੀਂ ਕੀ ਆਇਆ ਮਨ ਤੇ ਉਤੇ ਤਲਵਾਰ ਲੈ ਕੇ ਨਾ ਰੇਲਵੇ ਲਾਈਨ 'ਤੇ ਪਹੁੰਚ ਗਏ ਰੇਲਵੇ ਲਾਈਨ 'ਤੇ ਪਹੁੰਚੇ ਤੇ ਕਹਿੰਦਾ ਮੈਂ ਭਾਜੀ ਗੱਡੀ ਇੱਥੇ ਝਾਮ ਕਰਾ ਦੇਣੀ ਐ ਮੈਂ ਕਿਹਾ ਭਾਜੀ ਮੈਨੂੰ ਇਹ ਦੱਸੋ ਰੇਲ ਗੱਡੀ ਕਦੋਂ ਰੁਕੀ ਐ ਕਿਉਂ ਰੋਕੋਗੇ ਤੁਸੀਂ ਉਹ ਗੱਡੀ ਆਨ ਦੇ ਸਾਹਮਣੇ ਲੱਗਿਆ ਨਾ ਕਿ ਵੀ ਆਹ ਗੱਡੀ ਆ ਰਹੀ ਐ ਊ ਸ਼ਕ ਗੱਡੀ ਤਲਵਾਰ ਤੇ ਘੁਮਾਣੀ ਸ਼ੁਰੂ ਕਰ ਦਿੱਤੀ ਉਹ ਘੁਮਾਈ ਜਾ ਰਹੀ ਐ ਗੱਡੀ ਆਈ ਜਾ ਰਹੀ ਐ ਊ ਸ਼ਕ ਸ਼ਕ ਇੱਕਦਮ ਆਈ ਕੋਲੇ ਦੇ ਸਲਾਂਗ ਮਾਰ ਕੇ ਨਾ ਦੂਰ ਹੋ ਗਿੱਤਾ ਗੱਡੀ ਨਿਕਲ ਗਈ ਊ ਸ਼ਕ ਸ਼ਕ ਮੈਂ ਕਿਹਾ ਹਾਂ ਕੀ ਹੋਇਆ ਆ ਕਹਿੰਦਾ ਰੁੱਕੀ ਨਹੀਂ ਤਾਂ ਕੀ ਹੋਇਆ ਸਾਲੇ ਦੀ ਚੀਖਾਂ ਤਾਂ ਘੜਾਤੀ ਤੋ ਆਪਣੇ ਇੱਥੇ ਦਾ ਨਾ ਹਰ ਬੰਦਾ ਆਪਣੇ ਆਪ ਦੇ ਵਿੱਚ ਬਹਾਦਰ ਹੈ ਤਾਂ ਹੀ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਇੱਕ ਇੱਕ ਪੰਜਾਬੀ ਸਵਾ ਲੱਖ ਦੇ ਬਰਾਬਰ ਹੈ ਇਸ ਲਈ ਇੱਕ ਵਾਰੀ ਬਣਦੀ ਹੈ ਤਾਲੀਆਂ ਕੇ ਮੈਂ ਪਾਦੀ ਕਮੇਡੀ ਸ਼ੋਅ ਕਰਨ ਦੇ ਨਾਲ ਨਾਲ ਆ ਸਕੂਲ ਖੋਲਿਆ Rajasthan ਸੈਨਿਕ ਸਕੂਲ ਤੇ এডਿਕੇਸ਼ਨ ਨਾਲ ਜੁੜ ਗਿਆ ਤਾਂ ਮੇਰੀ ਮੋਟੀਵੇਸ਼ਨ ਕਲਾਸਾਂ ਸ਼ੁਰੂ ਹੋਣ ਲੱਗ ਪਈ ਯੂਨੀਵਰਸਿਟੀਆਂ ਦੇ ਵਿੱਚ ਵੀ ਤੂੰ ਕਹਿੰਦਾ ਯਾਰ ਤੁਸੀਂ ਕਮੇਡੀ ਕਰਦੇ ਹੋ ਨਾ ਪੋਜੀਟਿਵ ਕਰਦੇ ਹੋ ਤੇ ਮੋਟੀਵੇਟ ਕਰਦੇ ਹੋ ਲੋਕਾਂ ਨੂੰ ਮੈਂ ਮੋਟੀਵੇਸ਼ਨ ਸ਼ੋਅ ਦੇ ਵਿੱਚ ਤਾਂ ਮੇਰੀ ਗੱਲਾਂ ਦੱਸੀ ਵੀ ਕਿਸ ਤਰ੍ਹਾਂ ਪਿੰਡ ਦੇ ਉੱਤੇ ਪੜ੍ਹਾਈ ਹੋਈ ਕਿਸ ਤਰ੍ਹਾਂ ਮੈਂ ਗਾਰਡ ਦੀ ਨੌਕਰੀ ਕੀਤੀ ਕਪੜਾ ਮੇਲ ਦੇ ਵਿੱਚ ਨੌਕਰੀ ਕੀਤੀ ਮੈਂ ਰੇਲਵੇ ਸਟੇਸ਼ਨ ਤੇ ਸੋਇਆ ਧੀਰੇ ਧੀਰੇ ਕਰਕੇ ਮੈਂ ਲਫਟਰ ਚੈਂਪੀਅਨ ਬਣਿਆ ਕਮੇਡੀ ਸਰਕਸ ਤੇ ਪਹੁੰਚਿਆ ਲਫਟਰ ਸ਼ੋਅ ਤੇ ਪਹੁੰਚਿਆ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਪਰਮਾਤਮਾ ਜਿੱਥੇ ਖੁਸ਼ ਰੱਖੇ ਉੱਥੇ ਖੁਸ਼ ਰਹਿਣਾ ਸ਼ੁਰੂ ਕਰ ਦੋ ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਤੁਸੀਂ ਜਿੱਤੋਗੇ ਕਨਫਰਮ ਹੈ ਤੇ ਇੱਕ ਮੈਡਮ ਖੜੀ ਹੋਈ ਇੱਕ ਮੈਡਮ ਖੜੀ ਹੋਈ ਉਹ ਕਹਿਣ ਲੱਗੀ ਕਿ ਅੰਦਰ ਖੈਲੀ ਜੀ ਇਹ ਕਹਿਣਾ ਬੜਾ ਸੁੱਖਾ ਹੈ ਵੀ ਹਾਂ ਜੀ ਪ੍ਰਮਾਤਮਾ ਜਿੱਥੇ ਰੱਖੇ ਉੱਥੇ ਖੁਸ਼ ਰਹੋ ਤੁਸੀਂ ਰੇਲਵੇ ਸਟੇਸ਼ਨਾਂ ਤੇ ਸੋਏ ਤੇ ਕਿਦਾਂ ਆਪਣੇ ਆਪ ਨੂੰ ਖੁਸ਼ ਰੱਖਿਆ ਤੇ ਮੈਂ ਕਿਹਾ ਮੈਂ ਮੈਂ ਰੇਲਵੇ ਸਟੇਸ਼ਨ ਜਾਂਦਾ ਸੀ ਚੋੜਾ ਹੋ ਕੇ ਵੀ ਸਟੇਸ਼ਨ ਮੇਰੇ ਪਿਓ ਦਾ ਹੈ ਜਿਹੜਾ ਮਰਜ਼ੀ ਕੋਨਾ ਸਾਫ ਸੁਥਰਾ ਉੱਥੇ ਜਾ ਕੇ ਮੈਂ ਆਪਣੀ ਲੱਤ ਤੇ ਉੱਤੇ ਲੱਤ ਰੱਖ ਕੇ ਸੋਣਾ ਰਾਤ ਨੂੰ ਆਣਾ ਪੁਲਿਸ ਨੇ ਭਾਜੀ ਤਲਾਸ਼ੀ ਲੈਣ ਵਾਸਤੇ ਤੇ ਕੰਨ ਫੜ ਕੇ ਬਾਹਰ ਕੱਢ ਦੇਣੇ ਚਲ ਬਾ ਤੇ ਮੈਂ ਕਿਹਾ ਦੇਖਿਆ ਸਟੇਸ਼ਨ ਤੇ ਮੈਂ ਕਿਹਾ ਛੱਡੋ ਯਾਰ ਆਪਣੇ ਕਿਹੜਾ ਪਿਓ ਦਾ ਖੁਸ਼ ਰਹਿਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਟੈਨਸ਼ਨ ਹਰ ਬੰਦੇ ਨੂੰ ਹੁੰਦੀ ਹੈ ਭਾਜੀ ਤੇ ਟੈਨਸ਼ਨ ਤੋਂ ਹਰਾਨ ਦਾ ਸਭ ਤੋਂ ਵਧੀਆ ਤਰੀਕਾ ਆਪਣੀ ਕੰਮ ਦੀ ਸਪੀਡ ਵੜਾਓ मैं जिसे ओढ़ता बिछाता हूँ वो गज़ल आपको सुनाता हूँ मैं जिसे ओढ़ता बिछाता हूँ वो गज़ल आपको सुनाता हूँ ये जिंदगी ट्रेन से गुजरती है मैं पुलसा थरथराता हूँ जब से उखड़ गया एक बाजू मेरा मैं और ज़्यादा वजन उठाता हूँ जब से उखड़ गया बाजू मेरा मैं और ज़्यादा वजन उठाता हूँ धन्यवाद थैंक यू मेहरबानी शुक्रिया जय हिंद थैंक यू भाजी थैंक यू ਨਾ ਪੰਗਾ ਲਿਆ ਕਰੋ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਆਹੋ ਕੋਈ ਗੰਨੀ ਆ ਕੇ ਗੱਲ ਸੰਭਾਲਦਾ ਜੇ ਜ਼ਿਆਦਾ ਕਿਹੜਾ ਚਪੇੜਾ ਲਾਵਾਂਗੇ ਹਾਂ ਚੰਗਾ ਬੜੀ ਸ਼ਸਫੀਕਾ ਸ਼ਸਫੀਕਾ ਬਜੀ ਔਖਾ ਹੁੰਦਾ ਸੀਗਾ ਇੱਕ ਮੈਂ ਕਹ ਕੋਈ ਗੰਨੀ ਆ ਕੇ ਸੰਭਲ ਲੈਨੇ ਆਪਾਂ ਕਿਹੜੀ ਗੱਲ ਕਰਤੀ ਤੁਸੀਂ ਵੀ ਦੱਸ ਦਿਓ ਮੈਨੂੰ ਜੇ ਕੋਈ ਕਬਜ਼ਾ ਕਬਜ਼ਾ ਲੈਣਾ ਨਾ ਕਿਹੜਾ ਕਬਜ਼ਾ ਬੂਏ ਦਾ ਜਿਹੜਾ ਲੋਹ ਦਾ ਹੁੰਦਾ ਨਹੀਂ ਜਮੀਨਾਂ ਦੇ ਕਬਜ਼ੇ ਵੱਡੇ ਕਬਜ਼ਿਆਂ ਦੀ ਗੱਲ ਕਰੋ ਕੀ ਕੁੰਡਿਆਂ ਦੇ ਅੜਕਿਓ ਕਬਜ਼ਾ ਕਬਜ਼ਾ ਲੈਣਾ ਨਾ ਤੁਸੀਂ ਕਿਸੇ ਤੋਂ ਪੈਸੇ ਲੈਣੇ ਆ ਨਾ ਪਾਜੀ ਮੇਰਾ ਨੰਬਰ ਚੱਕੋ ਇੱਕ ਫੋਨ ਕਰਨਾ ਤੁਸੀਂ ਮੈਨੂੰ ਇੱਕ ਫੋਨ ਮੈਂ ਚੱਕਣਾ ਹੀ ਨਹੀਂ ਮਤਲਬ ਦੂਜਾ ਫੋਨ ਕਰਿਓ ਚੱਕ ਕੇ ਫੋਨ ਤੇ ਚੱਕ ਕੇ ਗੱਡੀ ਸਿੱਧਾ ਤੁਹਾਡੇ ਕੋਲ ਪੈਂਦਾ ਕਿਉਂ ਨਹੀਂ ਚੁੱਕਣਾ ਉਹ ਪਾਰਾਉਣਾ ਨਹੀਂ ਦੱਸਦਾ ਫੱਤੇ ਜੱਟ ਦੇ ਕੁਝ ਅਸੂਲ ਨੇ ਪਹਿਲਾ ਫੋਨ ਤੇ ਦੂਜਾ ਕਿਸੇ ਤੇ ਹੱਥ ਨਹੀਂ ਚੱਕਣਾ ਕਹਿੰਦੇ ਭਾਈ ਬੜੇ ਕੱਬੇ ਅਸੂਲ ਆ ਜੱਟ ਦੇ ਨਾਲੇ ਜਦੋਂ ਜਿੱਥੇ ਨੂੰ ਫੋਨ ਕਰਨਾ ਨਾ ਝਗੜੇ ਝੁਗੜੇ ਤੋਂ ਦੋ ਦਿਨ ਪਹਿਲਾਂ ਹੀ ਕਰ ਦਿਓ ਹਾਂ ਪਹੁੰਚਣ ਨੂੰ ਵੀ ਟਾਈਮ ਲੱਗਦਾ ਜੱਟ ਹਾਂ ਤੇ ਜਵਾਨਾ ਫਿਰ ਕਬਜ਼ਾ ਹਰਿਆਣਾ ਪੰਜਾਬ ਦੋਨਾਂ ਨੇ ਖੱਪ ਪਾ ਰੱਖਿਆ ਵੀ ਚੰਡੀਗੜ ਸਾਡਾ ਚੰਡੀਗੜ ਸਾਡਾ ਆਪਾਂ ਕਬਜ਼ਾ ਨਾ ਕਰ ਲਈਏ ਚੰਡੀਗੜ ਤੇ ਕੋਈ ਗੱਲ ਨਹੀਂ ਆਪਾਂ ਕਰਾਂਗੇ ਬਾਹਰ ਜਾ ਕੇ ਇਥੇ ਨਹੀਂ ਦੱਸਣਾ ਕਈ ਹਿੱਸਾ ਵੀ ਪਾ ਲੈਣਗੇ ਵਿੱਚੋਂ ਨਾਲੇ ਤੂੰ ਹਾਂ ਕੀ ਤੈਨੂੰ ਪਤਾ ਮੈਂ ਕਿੰਨਾ ਤੇਜ਼ ਹਾਂ ਬਾਬੇ ਨਹੀਂ ਪਤਾ ਤੈਨੂੰ ਬਹੁਤ ਤੇਜ਼ ਹਾਂ ਮੈਂ ਖੜੇ ਬੰਦੇ ਦਾ ਪਰਸ ਖੋ ਕੇ ਲੈ ਜਾਂਦਾ ਹਾਂ ਇੰਨਾ ਤੇਜ਼ ਹਾਂ ਮੈਂ ਬਹੁਤ ਫਾਸਟ ਹੈ ਬਹੁਤ ਫਾਸਟ ਹਾਂ ਮੈਂ ਕਹ ਲੀਜੀ ਇੰਨਾ ਫਾਸਟ ਹੈ ਉਹ ਤੁਸੀਂ ਦੇਖਿਓ ਖੰਡ ਦਾ ਡੱਬਾ ਖੁੱਲਾ ਰਹਿ ਜੇ ਜਾਂ ਕੋਈ ਖੰਡ ਦਾ ਦਾਣਾ ਡਿੱਗਾ ਰਹਿ ਜੇ ਉਹ ਕੀੜੀਆਂ ਆਂਦੀਆਂ ਉਹਨੂੰ ਚੁੱਕ ਕੇ ਲੈ ਜਾਂਦੀਆਂ ਲਾਈਨ ਬਣਾ ਕੇ ਉਹਨਾਂ ਚੋਂ ਸਤਵੀਂ ਕੀੜੀ ਹੈ ਬੜਾ ਡਿਸਪਲੀਨ ਹੈ ਤੇਰਾ ਵੀ ਤੂੰ ਸੱਤਵੀਂ ਜਗ੍ਹਾ ਲੈਣ 'ਚ ਕੰਮ ਕਰਦਾ ਵਾਹ ਉਹ ਨਾ ਕੀੜੀਆਂ ਦੇ ਵਿੱਚ ਨਾ ਫਿਰ ਇੱਕ ਕੀੜੀ ਵੀ ਹੁੰਦੀ ਆ ਉਹ ਐਂ ਜੜ ਜਾਂਦੀ ਆ ਨਾਲੇ ਉਹ ਛੱਡਦੇ ਐਵੇਂ ਮਾਰ 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 ਉਹ ਉੱਤਰਦੀও ਨਹੀਂ ਹੁੰਦੀ ਉਹ ਕੀੜੀਆਂ ਮੈਂ ਦੇਖ ਲੈ ਜੇ ਇੱਕ ਵਾਰ ਚਿੰਬੜ ਗਿਆ ਨਾ ਪਰਸ ਕਿੱਥੇ ਲਕੋਇਆ ਤੇ ਪਿਛਲੀ ਜੇਬ ਪਤਾ ਸੀ ਮੈਨੂੰ ਤੇਰਾ ਕੋਈ ਗੱਲ ਨਹੀਂ ਹਿੰਟ ਦੇ ਕੇ ਗਿਆ ਸੁਣ ਨਾ ਗੱਲ ਪਰਸਾਂ ਪਰਸਾਂ ਨੂੰ ਹੱਥ ਪਾਈ ਨਾ ਮਨ ਮੈਂ ਅੱਧਾ ਟੱਕੇ ਮਾਰ ਮਾਰ ਕੇ ਬਾਰ ਕਰੂੰਗਾ ਇਹ ਨੂੰ ਕੀ ਫੜੋ ਭਾਜੀ ਇਹ ਬਹੁਤ ਜ਼ਿਆਦਾ ਉਹ ਹੈ ਆਪਣੇ ਤਿਲਕਣਾ ਇਹ ਦਾਈ ਦੇ ਹੱਥ ਨਹੀਂ ਆਇਆ ਬੜਕ ਗਿਆ ਉੱਥੋਂ ਠੀਕ ਹੈ ਮੈਂ ਜਾਂ ਤੂੰ ਹੀ ਹੋ ਅੱਛਾ ਮੇਰੀ ਗੱਲ ਸੁਣ ਬੁਰਾ ਤੇ ਨਹੀਂ ਲੱਗਾ ਦਿਨ ਗੱਲ ਦਾ ਇਧਰ ਧਿਆਨ ਆ ਯਾਰ ਤਾਂ ਥੋੜੀ ਕਹਨੇ ਐਰ ਵੈਸੇ ਵੀ ਲਵ ਯੂ ਅਰੇ ਸ਼ੋਦੀ ਜਾਨ ਸੱਤਾ ਸ਼ੋਦੀ ਆਨ ਸੱਤਾ ਸ਼ੋਦਾ ਮਾਨ ਸੱਦਾ ਕਿਦ ਤਰ ਜਲਾ ਉਧਰ ਨਰਾਜ ਹੋ ਕੇ ਇਤਰ ਜਾ ਹੁਣ ਤਾਂ ਮੈਂ ਇਧਰ ਨਵੇਂ ਜਾਊਂਗਾ ਬਾਰ ਕਰਦੇ ਆਂ ਡੀਲ ਠੀਕ ਹੈ ਠੀਕ ਹੈ ਕਬਜੇ ਕਹ ਲੀ ਜੀ ਇਹ ਸਾਡੇ ਸੱਤਾ ਜੀ ਸੀ ਜੀ ਜੀ ਇਹ ਵਿੱਚ ਵਿੱਚ ਆਂਦੇ ਆ ਗੈਸ ਨਾਲ ਗੱਲਬਾਤ ਕਰਨ ਜੀ ਪਰ ਖਿਆਲੀ ਜੀ ਆਪਾਂ ਫਟਾਫਟ ਸ਼ੋਅ ਨੂੰ ਅੱਗੇ ਵਧਾਣੇ ਆ ਹਾਂ ਜੀ ਫਟਾਫਟ ਕਰਦੇ ਆਂ ਤੇ ਸਾਡਾ ਜਿਹੜਾ ਪਹਿਲਾ ਰਾਉਂਡ ਹੈ ਉਹਦਾ ਨਾਮ ਹੈ ਜੀ ਬੇਸਤੀ ਪ੍ਰੂਫ ਅਸਲ ਲਾਈਵ 'ਚ ਹੁੰਦੇ ਤੁਸੀਂ ਬਹੁਤ ਸ਼ੋਰ ਤਾਂ ਹਾਸੇ ਕੀਤੀਆਂ ਤਹਾਡੀਆਂ ਫਿਲਮਾਂ ਆ ਰਹੀਆਂ ਨੇ ਤੁਹਾਡੇ ਸ਼ੋਅਜ਼ ਆ ਚੁੱਕੇ ਨੇ ਪਰ ਲਾਈਵ 'ਚ ਕਿਈ ਇਦਾਂ ਦੇ ਮੂਮੈਂਟ ਵੀ ਆਏ ਕਿ ਹਲਕੀ ਜਿਹੀ ਬੇਇੱਜ਼ਤੀ ਕਰ ਗਿਆ ਹੋਵੇ ਕੋਈ ਆ ਭਾਜੀ ਕਈ ਵਾਰੀ ਹੈ ਨਾ ਜਦੋਂ ਅਸੀਂ ਨਵੇਂ-ਨਵੇਂ ਲਫਟਰ ਚੈਂਪੀਅਨ ਬਣੇ ਨਵੀਆਂ-ਨਵੀਆਂ ਫਿਲਮਾਂ ਆਣੀ ਸ਼ੁਰੂ ਹੋਈ ਤੇ 에어ਪੋਰਟ ਤੇ ਕਿਸੇ ਨੇ ਮਿਲਣਾ ਉਹਦਾ ਮਨ ਕਰ ਰਿਹਾ ਮਿਲਣ ਨੂੰ ਤੇ ਉਹ ਪਹਾਨਾ ਕੀ ਕਰਦਾ ਬੱਚਿਆਂ ਨੂੰ ਅੱਗੇ ਕਰਦਾ ਖਾਲੀ ਜੀ ਹਾਂ ਸੀ ਖਾਲੀ ਜੀ ਸਾਡੇ ਬੱਚੇ ਬਹੁਤ ਵੱਡੇ ਫੈਨ ਆ ਜੀ ਸਾਰਾ ਦਿਨ ਬਸ ਐਈ ਦੇਖਦੇ ਤੋਨੂੰ ਹੀ ਦੇਖਦੇ ਸਾਰਾ ਦਿਨ ਦੇਖਦੇ ਜਾਣਦੇ ਹੋ ਨਾ ਤੁਸੀਂ ਜਾਣਦੇ ਹੋ ਨਾ ਬੱਚਾ ਕਹਿੰਦਾ ਨਹੀਂ ਉਹਨੇ ਕਵਰ ਕਰਦਾ ਆ ਭੁੱਲ ਗਿਆ ਜੀ ਹੁਣ ਭੁੱਲ ਗਿਆ ਜੀ ਉਹ ਦੇਖਦਾ ਜੀ ਤੁਹਾਡਾ ਸ਼ੋਅ ਉਹ ਦੇਖ ਕੋ ਕਮੇਡੀ ਨਹੀਂ ਦੇਖਦਾ ਕਮੇਡੀ ਕਮੇਡੀ ਨਹੀਂ ਤੂੰ ਇਸ ਤਰ੍ਹਾਂ ਬਹੁਤ ਵਾਰੋ ਇੱਕ ਵਾਰ ਨਹੀਂ ਕਈ ਵਾਰ ਕਦੀ ਇਦਾਂ ਸ਼ੋਅ ਦੇ ਵਿੱਚ ਕੋਈ ਇਹੋ ਜਿਹਾ ਮੋਮੈਂਟ ਟੀਵੀ ਸ਼ੋਅ ਦੇ ਉੱਤੇ ਜਦੋਂ ਤੁਸੀਂ ਪਹਿਲੀ ਵਾਰੀ ਬੰਬੇ ਗਏ ਜੀ ਉਦੋਂ ਤੇ ਨਹੀਂ ਕੋਈ ਛੇਦਾਂ ਦਾ ਫੀਲ ਹੋਇਆ ਕਿ ਆ ਕਿਸੇ ਨੇ ਵੀ ਬੰਬੇ ਵਾਲੇ ਬੜੇ ਸਟ੍ਰੇਟ ਫਾਰਵਰਡ ਹੈ ਰੈਂਡਮ ਮੂਹ ਤੇ ਗੱਲ ਕਰ ਦਿੰਦੇ ਉਹ ਨਹੀਂ ਜੀ ਇਹ ਬਾਤ ਤੋਂ ਨਹੀਂ ਬਣੀ ਹਾਂ 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 ਭਾਜੀ ਮੈਂ ਜਦੋਂ ਪਹਿਲੀ ਵਾਰੀ ਲਫਟਰ ਸ਼ੋਅ ਦੇ ਵਿੱਚ ਗਿਆ ਨਾ ਬੰਬੇ 에ਰਪੋਰਟ ਤੇ ਉਤਰਿਆ ਤੇ ਉਹ ਮੈਨੂੰ ਦੇਖ ਕੇ ਕਹਿੰਦਾ ਭਾਜੀ ਤੁਸੀਂ ਟੈਨਸ਼ਨ ਚ ਬਹੁਤ ਹੋ ਮੈਂ ਕਹਾਂ ਨਹੀਂ ਮੇਰੀ ਸ਼ਕਲ ਹੀ ਐਫ ਜੀ ਹੈ ਤੇ ਫਿਰ ਇੱਕ ਦੋ ਦਿਨਾਂ ਨਾ ਉਹਨਾਂ ਨੇ ਮਤਲਬ ਰੀਅਸਲ ਵਗੈਰਾ ਲਈ ਮੈਨੂੰ ਸੁਣਿਆ ਤੇ ਲਾਸਟ ਦਿਨ ਡਾਇਰੈਕਟਰ ਕਹਿੰਦਾ ਅਮ ਤਾਂ ਨਹੀਂ ਆ ਰਿਆ ਰ ਇਹਨੂੰ ਭਜ ਦੋ ਇਨੂੰ ਮਤਲਬ ਭੇਜੋ ਵਾਪਿਸ ਭੇਜੋ ਹਾਂਜੀ ਤੇ ਉਹਦਾ ਪ੍ਰੋਡਿਊਸਰ ਕਹਿੰਦਾ ਯਾਰ ਪੈਸੇ ਲੱਗੇ ਆਣ ਜਾਣ ਦੇ ਸੋਫੇ ਠੀਕ ਕਰਾ ਲਓ ਇਹ ਮਿਸਤਰੀ ਜੇ ਲੱਗ ਰਿਹਾ ਬੰਦਾ ਇਹ ਚਲੋ ਰੱਬ ਬਹੁਤ ਤੁਹਾਨੂੰ ਸ਼ੌਰਤਾਂ ਬਖਸ਼ੇ ਬਹੁਤ ਇੱਜ਼ਤ ਬਖਸ਼ੇ ਪਰ ਗੱਲਾਂ ਦੇਖੋ ਇਹ ਹੀ ਯਾਦ ਰਹਿਣਗੀਆਂ ਲਾਈਫ ਤੇ ਤੁਹਾਡੇ ਹਿਸਾਬ ਨਾਲ ਇੱਕ ਕਮੀਡੀਅਨ ਦਾ ਔਨ ਦਾ ਸਪੌਟ ਮੌਕੇ ਤੇ ਫਨੀ ਹੋਣਾ ਕਿੰਨਾ ਜ਼ਰੂਰੀ ਹੈ ਮਤਲਬ ਇੱਕ ਕਹਾਵਤ ਹੈ ਕਿ ਸਾਇੰਟਿਸਟ ਤੋਂ 7 ਗੁਣਾ ਦਿਮਾਗ ਕਮੀਡੀਅਨ ਦਾ ਹੁੰਦਾ ਹੈ ਇਹ ਸਾਇੰਸ ਕਹਿੰਦੀ ਹੈ ਤੇ ਇਨਾ ਮੈਟਰ ਹੁੰਦਾ ਇਨਾ ਮੈਟਰ ਉਹਦਾ ਜਦੋਂ ਕੋਈ ਘਟਨਾ ਘਟਦੀ ਹੈ ਫਿਰ ਉਹ ਪਤਾ ਨਹੀਂ 5 ਸਾਲ ਪੁਰਾਣੀ ਗੱਲ ਕਲਿੱਕ ਕਰ ਜਾਂਦੀ ਹੈ ਤੇ ਤੁਰੰਤ ਉਹ ਆ ਜਾਂਦੀ ਹੈ ਤੇ ਸਟੱਡੀ ਕਰਨਾ ਵੀ ਬਹੁਤ ਜ਼ਰੂਰੀ ਹੈ ਜਿੰਨੇ ਤੇ ਅਸੀਂ ਪੜ੍ਹਾਈ ਕਰਦੇ ਰਵਾਂਗੇ ਤੇ ਜਾਣਕਾਰੀ ਰਹੂਗੀ ਤੇ ਤੁਰੰਤ ਮੌਕੇ ਦੇ ਜਿਵੇਂ ਹਰੀ ਸ਼ੰਕਰ ਪਰਸਾਈ ਨੇ ਇੱਕ ਵਾਰੀ ਲਿਖਿਆ ਕਿ ਸਰਕਾਰ ਮਹਿੰਗਾਈ ਦੂਰ ਕਰਨੇ ਕਿ ਠੋਸ ਕਦਮ ਉਠਾ ਰਹੀ ਹੈ ਪਰ ਉਹ ਕਦਮ ਇਤਨੇ ਠੋਸ ਹੈ ਕਿ ਉੱਠੇ ਨਹੀਂ ਪਾ ਰਹੇ ਸੋ ਸਾਡਾ ਜਿਹੜਾ ਨੈਕਸਟ ਰਾਉਂਡ ਹੈ ਉਹਦਾ ਐਕਚੁਅਲੀ ਨਾਮ ਹੀ ਹੈ ਜੀ ਔਨ ਦਾ ਸਪੌਟ ਅੱਬਾ ਤੁਹਾਨੂੰ ਕੁਝ ਵਰਡਸ ਦਵਾਂਗੇ ਜੀ ਤੁਸੀਂ ਔਨ ਦਾ ਸਪੌਟ ਉਹਨਾਂ ਦੇ ਉੱਤੇ ਕੁਝ ਬਣਾਣਾ ਹੈ ਆਪਣੇ ਅੰਦਾਜ਼ ਨਾਲ ਠੀਕ ਬਜੀ ਠੀਕ ਹੈ ਜੇ ਫਨੀ ਹੋ ਜਾਏ ਤਾਂ ਫਿਰ ਸੋਨੇ ਤੇ ਸੁਆਗਾ ਸੋਨੇ ਤੇ ਸੁਆਗਾ ਸੋ ਤੁਹਾਡਾ ਪਹਿਲਾ ਵਰਡ ਹੈ ਜੀ ਨੌਕਰ ਮੇਰੀ ਪਹਿਲੀ ਨੌਕਰੀ ਮੈਂ সুইমিং ਪੂਲ ਤੇ ਚੌਕੀਦਾਰ ਦੀ ਨੌਕਰੀ ਕੀਤੀ ਤੇ ਫਿਰ ਵਾਇਗਰੋ ਨੇ ਮੈਰ ਕੀਤੀ ਇੱਕ ਦਿਨ ਸਾਡਾ ਸੈਨਿਕ ਸਕੂਲ ਬਣ ਗਿਆ ਉਹਦੇ ਵਿੱਚ সুইমিং ਪੂਲ ਵੀ ਬਣ ਗਿਆ ਮੈਂ ਸੋਚਿਆ ਯਾਰ সুইমিং ਪੂਲ ਦੀ ਨੌਕਰੀ ਤੋਂ সুইমিং ਪੂਲ ਦੇ ਮਾਲਕ ਤੱਕ ਦਾ ਸਫਰ ਵੀ ਮੇਰਾ ਪੂਰਾ ਹੋ ਗਿਆ ਕੀ ਬਾਤ ਹੈ ਸਿਰਫ ਪੈਸਾ ਪੈਸਾ ਭਾਜੀ ਪਹਿਲੇ ਤਾਂ ਸਾਡੇ ਕੋਲੇ ਸੀਗਾ ਨਹੀਂ ਅਸੀਂ ਇੱਕ ਟਾਈਮ ਖਾਣਾ ਇੱਕ ਟਾਈਮ ਨਾਸ਼ਤਾ ਕਰਕੇ guzara ਕਰਨਾ ਫਿਰ एकदम ਮਤਲਬ 500 500 ਰੁਪਏ ਮਿਲਦੇ ਸੀ ਨਾ 2000 500 ਵਿੱਚ 6 ਚ ਲਫਟਰ ਸ਼ੋ ਆਏ ਤੇ 1.5 ਲੱਖ 2 ਲੱਖ 3 ਲੱਖ ਮੈਂ ਪੈਸਾ ਭਾਈ ਜੀ ਕਈ ਦਿਨ ਤੱਕ ਗਿਣਿਆ ਫਿਰ ਮੈਂ ਸੋਚਿਆ ਯਾਰ ਇਹ ਤਾਂ ਪਾਣੀ ਦੀ ਕਮੀ ਆ ਜਾਏਗੀ ਸਰੀਰ ਦੇ ਵਿੱਚ ਮੇਰਾ ਥੁੱਕੀ ਖਤਮ ਹੋ ਗਿਆ ਸਾਰਾ ਫਿਰ ਮੈਂ ਉਹ দান ਕਰਤਾ ਸਾਰਾ ਸਾਰੇ দান ਕਰਤਾ ਮੈਂ ਸੈਨਿਕ ਸਕੂਲ ਬਣਾਤਾ ਅਰੇ ਵਾਹ ਕਾ ਬਾਤ ਚੋਰ ਇੱਕ ਵਾਰ ਇਹਨਾਂ ਬਹੁਤ ਛੋਟੇ ਹੁੰਦੇ ਅਸੀਂ ਨਾ ਮੂੰਫਲੀ ਚੋਰਨ ਗਏ ਖੇਤਾਂ ਦੇ ਵਿੱਚ ਮੂੰਫਲੀ ਪੁੱਟ ਕੇ ਰੱਖੀ ਸੀ ਤੇ ਮੇਰੇ ਦੋਸਤ ਸੀ ਤਿੰਨ ਚਾਰ ਨਾਲ ਅਸੀਂ ਉਹ ਚੱਕ ਕੇ ਤੇ ਥੋੜੀ ਦੂਰ ਸੜਕ ਦੇ ਉੱਤੇ ਜਾ ਕੇ ਹੁੰਦੇ ਤਿੱਲੀ ਲਾਈ ਮੂੰਫਲੀ ਸਾਰੀ ਭੁੰਨ ਗਈ ਆਪਣੇ ਆਪ ਹੀ ਤੇ ਉਹ ਜਿੰਨੀ ਖਾਈ ਬਾਕੀ ਚੁੱਕ ਕੇ ਨਾ ਇੱਕ ਸਰਾਰ ਤੇ ਸੀਗਾ ਉਹਨੇ ਮਾਲਿਕ ਜਿਹੜਾ ਸੋ ਰਿਹਾ ਸੀ ਨਾ ਥੋੜੀ ਜੀ ਦੂਰ ਉਹ ਮਾਲਿਕ ਨੇ ਆਵਾਜ਼ ਮਾਰਦੇ ਕਹਿੰਦਾ ਭਾਦਰ ਸਾਹ ਆਦੇ ਮੂੰਫਲੀ ਖਾ ਲਓ ਉਹ ਡਾਂਗ ਲੈ ਕੇ ਸਾਡੇ ਪਿੱਛੇ ਉਹ ਸਾਡੀ ਪਹਿਲੀ ਤੇ ਆਖਰੀ ਚੋਰੀ ਸੀ ਅਰੇ ਵਾਹ ਮਾਸਟਰ ਮਾਸਟਰ ਨਾ ਮੇਰੀ ਬਣਦੀ ਨਹੀਂ ਭਾਜੀ ਯਾਰ ਉਹਨੇ ਬਹੁਤ ਮੁਰਗਾ ਬਣਾਇਆ ਮੈਨੂੰ ਤੇ ਉੰਜ ਹੀ ਮੈਨੂੰ ਟੀਚ ਕਰਦੇ ਰਹੇ ਤੁਹਾਨੂੰ ਪਤਾ ਨਾ ਅੱਜ ਕੱਲ ਇੰਗਲਿਸ਼ మీడియం ਸਕੂਲਾਂ ਦੇ ਵਿੱਚ ਥੋੜੀ ਜਿਹੀ ਗਲਤੀ ਹੋਏ ਟੀਚਰ ਮਾਸਟਰ ਲਿਖ ਦਿੰਦਾ ਵਿਜ਼ਿਟ ਮਾਈ ਆਫਿਸ ਤੇ ਮਾਪੇ ਚਾਹੇ ਕਿੰਨਾ ਵੱਡਾ ਆਫੀਸਰ ਹੋਵੇ ਮੰਤਰੀ ਉਹਨੂੰ ਪੇਸ਼ ਹੋਣਾ ਪੈਂਦਾ ਪ੍ਰਿੰਸੀਪਲ ਅੱਗੇ ਤੇ ਬਚਪਨ ਹੁੰਦੇ ਨਾ ਮੇਰੇ ਟੀਚਰ ਨੇ ਵੀ ਲਿਖਤਾ ਇਹਨੂੰ ਨਵਾ ਕੇ ਭੇਜਿਆ ਕਰੋ ਇੰਦੇ ਚ ਬਹੁਤ ਬਦਬੂ ਆਂਦੀ ਹੈ ਤੇ ਮੇਰੇ ਪਿਓ ਨੇ ਠੋਕ ਕੇ ਜਵਾਬ ਲਿਖਿਆ ਅਸੀਂ ਬੱਚੇ ਨੂੰ ਪੜ੍ਹਨ ਆਸਤੇ ਭੇਜਦੇ ਆਂ ਸੁੰਘਣ ਆਸਤੇ ਨਹੀਂ ਭੇਜਦੇ ਤੇ ਤੁਸੀਂ ਕਿਰਪਾ ਕਰਕੇ ਇਹਨੂੰ ਪੜਾਇਆ ਕਰੋ ਸੁੰਘਾ ਨਾ ਕਰਿਆ ਕਰੋ ਤੇ ਟੀਚਰਾਂ ਦੇ ਨਾਲ ਮੇਰਾ ਗੁਰੂ ਜੀ ਦੇ ਨਾਲ ਇਹੋ ਜਿਹਾ ਹੀ ਲਿੰਕ ਰਿਹਾ ਜੀ ਕੀ ਬਾਤ ਬਾਅਦਿਆ ਆਪਣੇ ਅਗਲੇ ਰਾਉਂਡ ਬਾਅਦ ਸਾਡਾ ਨੈਕਸਟ ਰਾਉਂਡ ਹੈ ਜੀ ਡਬ ਦਿਸ ਸੀਨ ਤਾਂ ਉਹ ਇੱਥੇ ਆਪਾਂ ਇੱਕ ਸੀਨ ਦਿਖਾਵਾਂਗੇ ਠੀਕ ਹੈ ਤੁਸੀਂ ਉਹਨੂੰ ਆਪਣੀ ਆਵਾਜ਼ ਦੇਣੀ ਹੈ ਡਬਿੰਗ ਕਰਨੀ ਹੈ ਅੱਛਾ ਕਮੈਂਟਰੀ ਕਰਨੀ ਹੈ ਉਹਦੇ ਰੈਡੀ ਹੋ ਸਰ ਹਾਂਜੀ ਰੈਡੀ ਰੈਡੀ ਭਾਜੀ ਰੈਡੀ ਭਾਜੀ ਇਹ ਮੂੰਫਲੇ ਖਾ ਰਿਹਾ ਜੀ ਭਰਾ ਅੱਧਾ ਨੇਪਾਲੀ ਲੱਗ ਰਿਹਾ ਅੱਧਾ ਚਾਈਨੀਜ਼ ਲੱਗ ਰਿਹਾ ਅੱਧਾ ਥਾਈਲੈਂਡ ਵਾਲਾ ਲੱਗ ਰਿਹਾ ਇੱਕ ਹੋਰ ਆ ਗਿਆ ਜੀ ਦੋਨਾਂ ਦੀਆਂ ਮੂੰਫਲੀਆਂ ਦਾ ਕੰਪੀਟੀਸ਼ਨ ਇਹ ਮੂੰਫਲਾ ਲੈ ਕੇ ਆ ਗਿਆ ਜੀ ਹੁਣ ਦੇਖਦੇ ਆ ਕਿ ਮੂੰਫਲੀ ਜ਼ਿਆਦਾ ਖਾਂਦੇ ਆ ਕਿ ਮੂੰਫਲਾ ਜ਼ਿਆਦਾ ਖਾਂਦੇ ਆ ਹਾਂਜੀ ਮੂੰਫਲੀ ਬਾਰੀ-ਬਾਰੀ ਖਾਈ ਤੇ ਮੂੰਫਲਾ ਇੱਕੋ ਬਾਰੀ ਚਾਰ ਰੰ ਇਦਾਂ ਹੀ ਇੱਕ ਹੋਰ ਪਲੇ ਕਰਦੇ ਆਂ ਆਣਦੇ ਪਾ ਜੀ ਇਹ ਗੇਮ ਦਾ ਮੈਨੂੰ ਪਤਾ ਨਹੀਂ ਜੀ ਐਦਾ ਨਾਮ ਆਪਾਂ ਬਾਟੀ ਸੋਟਾ ਰੱਖ ਲੈਂਦੇ ਆਂ ਇਹ ਬਾਟੀਆਂ 'ਚ ਬੱਜਦੀ ਜਾਣਗੇ ਥਾਲੀਆਂ ਜੀ ਤੇ ਨਿਕਲ ਗਿਆ ਜੀ ਬੰਦਾ ਤੀਜਾ ਆ ਗਿਆ ਜੀ ਇਹਨੇ ਇਹਨੂੰ ਸਟਾਰਟ ਕਰਤਾ ਇਹ ਧਮ ਧਮ ਇਹ ਸੱਚੀ ਸਟਾਰਟ ਤਾਂ ਨਹੀਂ ਹੋ ਰਿਹਾ ਹੋ ਗਿਆ ਹੋ ਗਿਆ ਹੋ ਗਿਆ ਸਟਾਰਟ ਹੋ ਗਿਆ ਹੁਣ ਇੰਜਣ ਚੱਲਦਾ ਰਹਿਣਾ ਜੀ ਹਨ ਤੱਕ ਧਕ 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 ਬਿਨਾਂ ਡੀਜ਼ਲ ਵਾਲਾ ਇੰਜਣ ਚੱਲਿਆ ਚੱਲੀ ਜੀ ਅੱਗੇ ਵਧਣ ਤੋਂ ਪਹਿਲਾਂ ਹਾਂਜੀ ਤੁਹਾਡਾ ਸਕੂਲ ਤੇ ਇੱਕ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੇ ਬੱਚੇ ਸ਼ਰਾਰਤਾਂ ਨਹੀਂ ਕਰਨਗੇ ਤੇ ਕੌਣ ਕਰੇਗਾ ਸਹੀ ਹੈ ਜੀ ਬੱਚੇ ਤਾਂ ਭਗਵਾਨ ਦਾ ਰੂਪ ਹੈ ਜੀ ਉਹ ਤਾਂ ਪੈਦਾ ਹੀ ਸ਼ਰਾਰਤ ਕਰਨ ਆਸਤੇ ਹੋਏ ਆ ਤੇ 1990 ਦੇ ਬਾਅਦ ਜਦੋਂ ਕੰਪਿਊਟਰ ਆਇਆ ਨਾ ਉਹਦੇ ਬਾਅਦ ਬੱਚੇ ਪੈਦਾ ਹੋਣੇ ਬੰਦ ਹੋ ਗਏ ਡਾਇਰੈਕਟ ਪਿਓ ਹੀ ਪੈਦਾ ਹੋ ਰਿਹਾ ਸਾਰੇ ਤੇ ਦੋ ਸ਼ਹਿਰਾਂ ਦੇ ਵਿੱਚੋਂ ਜੇ ਇੱਕ ਸ਼ਹਿਰ ਚੁਣਨਾ ਹੋਵੇ ਬੰਬੇ ਜਾਂ ਚੰਡੀਗੜ੍ਹ ਚੰਡੀਗੜ੍ਹ ਬਾਜੀ ਚੰਡੀਗੜ੍ਹ ਤੇ ਜੇ ਬੰਬੇ ਬਾਰੇ ਦੋ ਲਾਈਨਾਂ ਬੋਲਣੀਆਂ ਹੁਣ ਬੰਬੇ ਦੇ ਵਿੱਚ ਸੋਹਣੀਆਂ ਸੋਹਣੀਆਂ ਹੀਰੋਇਨਾਂ ਨੇ ਹਾਂਜੀ ਤੇ ਚੰਡੀਗੜ੍ਹ ਖੁਦ ਆਪਣੇ ਆਪ ਦੇ ਵਿੱਚ ਇੱਕ ਹੀਰੋਇਨ ਹੈ ਹਾਂਜੀ ਬਹੁਤ ਸੋਹਣਾ ਸਿਟੀ ਚੰਡੀਗੜ੍ਹ ਉਹਨਾਂ ਸਾਰੀਆਂ ਹੀਰੋਇਨਾਂ ਚ ਸਭ ਤੋਂ ਸੋਹਣੀ ਹੀਰੋਇਨ ਹੈ ਹਾਂ ਸਿਰ ਵੱਧਦੇ ਆਪਣੇ ਅਗਲੇ ਰਾਉਂਡ ਵੱਲ ਸਾਡਾ ਅਗਲਾ ਰਾਉਂਡ ਹੈ ਕਮੈਂਟ ਤੇ ਕਮੈਂਟ ਕਮੈਂਟ ਤੇ ਕਮੈਂਟ ਚ ਕੀ ਹੋਏਗਾ ਮੇਰੇ ਕੋਲ ਇੱਥੇ ਕੁਝ ਫੋਟੋਆਂ ਨੇ ਕੁਝ ਸੈਲੀਬ੍ਰਿਟੀਜ਼ ਦੀਆਂ ਜੀ ਮੈਂ ਇੱਕ ਇੱਕ ਫੋਟੋ ਚੱਕਾਂਗਾ ਇੱਥੇ ਤੁਹਾੜੇ ਕੋਲ ਕੁਝ ਕਮੈਂਟ ਨੇ ਜਿਹੜੇ ਆਪਾਂ ਪੁੱਠੇ ਕਰਕੇ ਰੱਖੇ ਹੋਏ ਐ ਜੀ ਜੀ ਤੁਸੀਂ ਇੱਕ ਕਮੈਂਟ ਚੱਕੋਗੇ ਹੂੰ ਉਹ ਦਰਸ਼ਕਾਂ ਨੂੰ ਦਿਖਾਓਗੇ ਫਿਰ ਦੱਸੋਗੇ ਕਿ ਇਹ ਕਮੈਂਟ ਇਹ ਸ਼ਖਸੀਅਤ ਤੇ ਕਿਦਾਂ ਟੁੱਕਦਾ ਹੈ ਫਿੱਟ ਵੇਟਦਾ ਹੈ ਜੇ ਤੇ ਆ ਗਿਆ ਵਧੀਆ ਕਮੈਂਟ ਫਿਰ ਤੇ ਬਲੇ ਬਲੇ ਆ ਜੇ ਆ ਗਿਆ ਮਾੜਾ ਕਮੈਂਟ ਫਿਰ ਤੁਹਾਡਾ ਟੈਲੈਂਟ ਹੈ ਕਿ ਉਹਨੂੰ ਕਵਰ ਜਾਂ ਕਿਦਾਂ ਕਰਨਾ ਜੀ ਜੀ ਭਾਜੀ ਤੁਸੀਂ ਕਮੈਂਟ ਸਾਰੇ ਪੁੱਠੇ ਰੱਖਦੇ ਪੁੱਠੇ ਬੰਦੇ ਨੇ ਪੁੱਠੇ ਕੰਮ ਕਰਨੇ ਸਾਰੇ ਹਾਂਜੀ ਨਹੀਂ ਫਿਰ ਸਿੱਧੇ ਤੁਸੀਂ ਦੇਖ ਲਓਗੇ ਨਾ ਕਿ ਹਰ ਜਿਹਨਾਂ ਨੂੰ ਤਾਂ ਮੈਂ ਵਧੀਆ ਦਵਾਂਗਾ ਇਹਨਾਂ ਨੂੰ ਮਾੜਾ ਦਵਾਂਗਾ ਤੇ ਆਪਾਂ ਚਾਹਦੇ ਹਾਂ ਕਿ ਰੈਂਡਮ ਆਨ ਠੀਕ ਮਜ਼ਾ ਆਵੇ ਗੇਮ ਦਾ ਠੀਕ ਸਾਡੇ ਪਹਿਲੇ ਆਰਟਿਸਟ ਨੇ ਇਟਸ ਯੂ ਬੋਏ ਬਾਦਸ਼ਾ ਆਦਿਸ਼ਾ ਵਾਓ ਇਹ ਚੱਕੰ ਤੇ ਯਾਰਾਂ ਦਾ ਯਾਰ ਵਾਕਈ ਯਾਰਾਂ ਦਾ ਯਾਰ ਹੈ ਬਾਦਸ਼ਾ ਆ ਸਾਡਾ ਪਹਿਲੀ ਵਾਰੀ ਸ਼ੋਅ ਹੈ ਮਨਸੂਰੀ ਨਾਲ ਨਾਲ ਮੈਂ ਦੇਰਦੁਨ ਸ਼ੂਟਿੰਗ ਕਰ ਰਿਹਾ ਸੀ ਛੱਲਾ ਫਿਲਮ ਪੰਜਾਬੀ ਹਾਂਜੀ ਹਾਂਜੀ ਤੇ ਮੇਰਾ ਮਨਸੂਰੀ ਅਗਲੇ ਦਿਨ ਸ਼ੋਅ ਸੀਗਾ ਤੇ ਮੈਂ ਕਹਿੰਦਾ ਵੀ ਹੋਰ ਕੌਣ ਆ ਰਿਹਾ ਹੈ ਕਹਿੰਦਾ ਸੀ ਬਾਦਸ਼ਾ ਆ ਰਿਹਾ ਹੈ ਤੇ ਤੁਹਾਡਾ ਕਾਮੇਡੀ ਸ਼ੋਅ ਹੈ ਤੇ ਮੈਂ ਸੋਚਿਆ ਬਾਦਸ਼ਾ ਕੋਈ ਜਾਦੂਗਰ ਹੋਣਾ ਹੈ मैं जा रहा रस्ते चे ते बच्चे न, मेरे बचे भी नापा कौन आ रहा है मैं बादशाह और तो बच्चे जादूगर को देख के खुश होते होंगे ऑर्गेनाइजर ने आके बोला कि सर पहले आप कॉमेडी करोगे एक डेढ़ घंटा जब माहौल बन जाएगा फिर बादशाह आएगा खैर उल्टा कर रहे हो पहले जादूगर आता है वो थोड़ा माहौल बनाता आधा घंटा फिर मैं आके कॉमेडी शो करता कहें भाजी वो जादूगर नहीं है कि वह सिंगर है तो फिर जब मेरा शो खत्म हो गया कॉमेडी करके मैं बादशाह का अनाउंस करके जब नीचे आया ना तो तब मुझे वो दोबारा अच्छे से मिले पाजी यार बहुत अच्छी कॉमेडी कर देखा पाजी आप भी बहुत अच्छा गाते हो यार मेरे बच्चे आपके फैन है और बाहर आके बच्चा कह रहा है क्यों आप झूठ बोल रहे थे आप तो <laughs> <laughs> देख लो यही गल मैं लगता दिल से ला ली तो, तो बाद देश विदेशों बादशाह कहते और बहुत अच्छा है ਪੱਲਾ ਸਾਹਿਬ ਆਹ ਗੱਲਬਾਤ ਗੱਲਬਾਤ ਪੂਰੀ ਫਿੱਟ ਪੈਂਦੀ ਹੈ ਭਾਜੀ ਇਹ ਗੱਲਾਂ-ਗੱਲਾਂ ਵਿੱਚ ਕਹਿ ਕੇ ਪੱਲਾ ਸਾਹਿਬ ਤੇ ਇਹਨਾਂ ਦੀ ਗੱਲਬਾਤ ਬਹੁਤ ਪੈਰੀ ਲੱਗਦੀ ਹੈ ਪੂਰੀ ਗੱਲਬਾਤ ਹੈ ਪੂਰੀ ਗੱਲਬਾਤ ਇਹਨਾਂ ਇਹਨਾਂ ਦੇ ਵਿੱਚ ਪੂਰੀ ਗੱਲਬਾਤ ਮਿਕਾ ਭਾਜੀ ਮਿਕਾ ਭਾਜੀ ਆਹ ਜਾਦੂਗਰ ਆਵਾਜ਼ ਦੇ ਜਾਦੂਗਰ ਤੇ ਅੰਦਾਜ਼ ਦੇ ਜਾਦੂਗਰ ਆਗਾਜ਼ ਦੇ ਜਾਦੂਗਰ ਨੂੰ ਗਾਇਕੇ ਦਾ ਇੰਨਾ ਸ਼ੌਕ ਹੈ ਨਾ 2008 ਵਿੱਚ ਸਾਡਾ ਇੱਕ ਅੰਬਾਲਾ ਛਾਵਣੀ ਦਾ ਸ਼ੋਅ ਸੀਗਾ ਤੇ ਮੰਨ ਲਓ ਨੋਰਮਲੀ 2 ਘੰਟੇ ਸ਼ੋਅ ਚੱਲਦਾ ਹੈ ਤੇ ਸ਼ੋਅ 8 ਵਜੇ ਸ਼ੁਰੂ ਹੋਏ 12 ਵਜੇ ਰਾਤ ਨੂੰ ਤੇ ਕੁਛ ਹਨ ਫੌਜੀ ਭਰਾ ਆਰਮੀ ਵਾਲੇ ਕਹਿੰਦੇ ਭਾਜੀ ਅਸੀਂ ਨੱਚਣਾ ਹੈ ਤੇ ਤੁਸੀਂ ਯਕੀਨ ਕਰੋਗੇ ਉਹਨਾਂ ਨੇ ਸਵੇਰੇ 4 ਵਜੇ ਤੱਕ ਗਿਆ ਤਾ ਕੀ ਬਾਤ 15 ਬੀ ਫੌਜੀ ਤੇ ਮੈਂ ਐਂਕਰ ਤੇ ਕਹਾਂ ਭਾਜੀ ਤੇ ਵਾਕਈ ਬਹੁਤ ਬਹੁਤ ਅੱਛੇ ਇਹ ਇੱਕਦਮ ਫਿੱਟ ਬੈਠ ਰਹੇ ਫਿੱਟ ਬੈਠ ਰਹੇ ਬਿਲਕੁਲ ਜੀ ਉਪਾਸਨਾ ਸਿੰਘ ਜੀ ਹੈਲੋ ਤੇਰੇ ਸੁਪਨੋਂ ਕਿਰਾਨ ਕਬ ਆਏਗੀ ਤੂੰ ਖਾਲੀ ਦਾ ਬੈਂਗ ਇਹ ਭੋਜੀ ਤੁਹਾਡਾ ਰਿਸ਼ਤਾ ਹੋ ਜਾਏਗਾ ਤੇ ਅਸੀਂ ਥਾਈ ਦੇ ਵਿੱਚ ਬੈਂਗਣ ਪਾਵਾਂਗੇ ਹੁਣ ਮੈਂ ਫਸ ਗਿਆ ਕੀ ਦੱਸਾਂ ਇਸ ਤੋਂ ਜ਼ਿਆਦਾ ਤੁਹਾਡੇ ਬਾਰੇ ਉਪਾਸਨਾ ਜੀ ਇੰਨਾ ਕੁ ਕਵਰ ਕਾਫੀ ਹੈ ਦਲੇਰ ਮਹਿੰਦੀ ਜੀ ਓਏ ਹਾਏ ਹਾਂਜੀ ਜੱਟ ਜ਼ੋਰਦਾਰ ਜੱਟ ਜ਼ੋਰਦਾਰ ਵਾਕਿਆ ਵਿੱਚ ਜੱਟ ਜ਼ੋਰਦਾਰ ਭਾਜੀ ਇੱਕ ਵਾਰੀ ਸਾਡਾ ਲਾਈਵ ਸਟੇਜ ਵੀ ਸੀਗਾ ਦਿੱਲੀ ਅ ਕਿਹੜਾ ਇੱਕ ਸੁਰਜਕੁੰਡ ਮੇਲਾ ਲੱਗਿਆ ਸੀ ਹਾਂਜੀ ਹਾਂਜੀ ਤੇ ਉਸ ਦਿਨ ਮੈਂ ਵੇਖਿਆ ਭਾਜੀ ਜਿੰਨਾ ਮਤਲਬ ਲੋਕੀ ਨਚਰੇ ਸੀ ਇਹਨਾਂ ਇੱਕ ਗਾ ਗਾ ਕੇ ਵੀ ਨੱਚਦੇ ਵਾਕਈ ਜੱਟ ਜ਼ੋਰਦਾਰ ਹੈ ਜੱਟ ਜ਼ੋਰਦਾਰ ਗੋਗੀ ਭਾਜੀ ਗੋਗੀ ਭਾਜੀ ਸਸਰੀਕਾਲ ਭਾਜੀ ਗੋਗੀ ਭਾਜੀ ਦੇਖਣਾ ਤੁਹਾਡੇ ਕਿਸਮਤ ਚ ਕੀ ਆ ਰਿਹਾ ਮੈਨੂੰ ਕੀ ਬੋਲਣਾ ਪੈਣਾ ਪਿੰਡਾਂ ਵਾਲੇ ਜੱਟ

ਮੈਂ ਯਮਲਾ ਪਗਲਾ دیਵਾਨਾ ਫਿਲਮ ਦੇਖੀ ਸੀ ਜੀ ਉਦੋਂ ਚ ਇੱਕ ਡਾਇਲੌਗ ਦਾ ਫੈਨ ਹੋ ਗਿਆ ਮੈਂ ਉਹ ਸ਼ਾਇਰੀ ਵਾਲਾ ਹੀ ਡਾਇਲੌਗ ਹੈ ਉਹ ਕਿ ਦੁਨੀਆ ਮੇ ਆਏ ਹੋ ਤਾਂ ਕੁਝ ਐਸਾ ਕਰੋ ਕਦਰਦਾਨ ਹਾਂ ਜਿਸ ਗਲੀ ਸੇ ਨਿਕਲੋ ਆਵਾਜ਼ ਆਏ ਅਬਾ ਜਾਨ ਬਦਲ ਦੇਖਿਆ ਤੁਸੀਂ ਯਮਲਾ ਪਗਲਾ ਹਾਂਜੀ ਮੈਨੂੰ ਦੇਖਿਆ ਪਿਛਲੀ ਲਾਈਨ ਤੇ ਮੈਂ ਹੀ ਬੈਠਾ ਸੀ ਮੈਂ ਉਹੀ ਸੋਚਾ ਮੈਂ ਕਿ ਤੰਨੇ ਇਸ ਕਰਤਾ ਕਿਹੜਾ ਸੀਨ ਆ ਕੇ ਕਦੋਂ ਨਿਕਲ ਗਿਆ ਜੀ अच्छा खले जी एक छोटी जी वेरिएशन है जी ज्यादा नहीं छोटी जी हम्म मतलब सारे मैथे ਖਲਾਰਤੇ ਆ ਹਾਂਜੀ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਤਿੰਨ ਚੱਕਣੇ ਆ ਠੀਕ ਹੈ ਤੇ ਉਹਨਾਂ ਤਿੰਨਾਂ ਨੂੰ ਜੋੜ ਕੇ ਕਹਾਣੀ ਬਣਾਣੀ ਆ ਹਮ ਇੱਕ ਆਪਾਂ ਚੱਕਾਂਗੇ ਤੇ ਉਹ ਇੱਕ ਜਿੱਦਾਂ ਕਹਿ ਲੋ ਕਿ ਆਪਾਂ ਬਿਨਾਂ ਦੇਖੇ ਹਮ ਸਿੱਧਾ ਦਰਸ਼ਕਾਂ ਨੂੰ ਦਿਖਾਵਾਂਗੇ ਇਹ ਸਟੋਰੀ ਨੂੰ ਆਪਾਂ ਇੱਕ ਮਿੰਟ ਹਮ ਤੇ ਇਹ ਮੇਰੇ ਨੇੜੇ ਪੈਂਦਾ ਇਹ ਵੀ ਮੇਰੇ ਨੇੜੇ ਪੈਂਦਾ ਜੱਟ ਜ਼ੋਰਦਾਰ ਕਹਿਰ ਜੱਟ ਜ਼ੋਰਦਾਰ ਕਹਿਰ ਤੇ ਇਹ ਵੀ ਮੇਰੇ ਲੱਗ ਗਈ ਹੈ ਜੱਟ ਜ਼ੋਰਦਾਰ ਕਹਿਰ ਤੇ ਥਾਲੀ ਦਾ ਬੈਂਗਣ ਓਏ ਮੇਰੇ ਥਾਲੀ ਦੇ ਬੈਂਗਣ ਨੂੰ ਕਿਸੇ ਨੇ ਹੱਥ ਲਾਣ ਦੀ ਕੋਸ਼ਿਸ਼ ਕੀਤੀ ਮੈਂ ਕਹਿਰ ਢਾ ਦਾਂਗਾ ਮੈਨੂੰ ਲੋਕੀ ਜੱਟ ਜ਼ੋਰਦਾਰ ਕਹਿੰਦੇ ਨੇ ਗੱਲਬਾਤ ਮਤਲਬ ਇਧਰ ਲਈ ਤੇ ਮੇਰੇ ਖਿਆਲ ਗੱਲਬਾਤ ਹੀ ਬੰਦੀ ਹੈ ਜੀ 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 ਵੈਰੀ ਗੁੱਡ ਥੈਂਕ ਯੂ ਥੈਂਕ ਯੂ ਥੈਂਕ ਯੂ ਵਾਧੇ ਆਪਣੇ ਅਗਲੇ ਰਾਉਂਡ 'ਪਾ ਸਾਡਾ ਅਗਲਾ ਰਾਉਂਡ ਹੈ ਜੀ ਹਾਂ ਜਾਂ ਨਾ ਮਤਲਬ ਤੁਸੀਂ ਹਾਂ ਜਾਂ ਨਾ ਕੀਤੀ ਤੇ ਤੁਹਾਡਾ ਆਨਸਰ ਡਿਸਕਵਾਲਿਫਾਈ ਹੋ ਜਾਗਾ ਅੱਛਾ ਨਾ ਹਾਂ ਕਹਿਣਾ ਨਾ ਨਾ ਕਹਿਣਾ ਹਾਂਜੀ ਓਹੋ ਤੁਹਾਡਾ ਪਹਿਲਾ ਸਵਾਲ ਹੈ ਜੀ ਕੀ ਇਹ ਗੱਲ ਸੱਚ ਹੈ ਕਿ ਲਾਈਨ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਤੁਸੀਂ ਖੜੇ ਹੋ ਜਾਂਦੇ ਹੋ ਲਾਈਨ ਦਾ ਕੀ ਹੈ ਭਾਜੀ ਲਾਈਨ ਚ ਇੱਕ ਕੁੜੀਆਂ ਤੇ ਮਾਰੋ ਲਾਈਨ ਚ ਇੱਕ ਕਾਪੀ ਪੈਨਸਲ ਲੈ ਕੇ ਪੇਜ ਤੇ ਮਾਰੋ ਲਾਈਨ ਚ ਇੱਕ ਗੱਡੀ ਦੀ ਹੋਵੇ ਭਾਜੀ ਲਾਈਨ ਲਾਈਨ ਹੁੰਦੀ ਹੈ ਭਾਜੀ ਤੁਸੀਂ ਕਿਉਂ ਲਾਈਨਾਂ ਲਾ ਕੇ ਮੇਰੇ ਕੋਲ ਹਾਂ ਨਾ ਘੁਆਣਾ ਚਾਹਦੇ ਹੋ ਲਾਈਨ ਦੀ ਕੋਈ ਸੀਮਾ ਨਹੀਂ ਭਾਜੀ ਲਾਈਨ ਲਾਈਨ ਆਪਾਰ ਬਹੁਤ ਵਧੀਆ ਜਵਾਬ ਸੀ ਤੁਸੀਂ ਹਾਂ ਤੇ ਨਾ ਦੋਨੋਂ ਹੀ ਬੋਲ ਕੇ ਹਾਂਜੀ ਭਾਜੀ ਪਰ ਕੋਈ ਗੱਲ ਨਹੀਂ ਠੀਕ ਆਨਸਰ ਵਧੀਆ ਸੀ ਭਾਜੀ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਨਹਿਰ ਚ ਨਾਨ ਗਏ ਸਾਰੇ ਡੱਡੂ ਬਾਹਰ ਆ ਗਏ ਕਿ ਹਾਂ ਆਪਾਂ ਅੰਦਰ ਰਵਾਂਗੇ ਜਾਂ ਤੂੰ ਨਾ ਲਾ ਆਪ ਭਾਜੀ ਮੈਂ ਉਹ ਦਿਨ ਕੋਬਰਾ ਸੈਂਟ ਲਾ ਕੇ ਗਿਆ ਸੀ ਪਾਣੀ ਦੇ ਵਿੱਚ ਤੇ ਡੱਡੂ ਮੇਰੀ ਸ਼ੁਰਮ ਨਾਲ ਸੁਗੰਧ ਲੈ ਕੇ ਤੇ ਸਾਰੇ ਬਾਹਰ ਆ ਗਏ ਬਾਹਰ ਬਾਰਿਸ਼ ਦਾ ਮੌਸਮ ਸੀਗਾ ਡੱਡੂਆਂ ਨੂੰ ਬਾਰਿਸ਼ ਜ਼ਿਆਦਾ ਪਸੰਦ ਆ ਭਾਜੀ ਮੈਨੂੰ ਨਹਿਰ ਦੇ ਵਿੱਚ ਨਹਾਣ ਦਾ ਸ਼ੌਕ ਸੀ ਮੈਂ ਨਹਿਰ ਵਿੱਚ ਬੜ ਗਿਆ ਤੇ ਡੱਡੂ ਸਾਰੇ ਬਾਹਰ ਆ ਕੇ ਮੇਕ ਰਾਜਾ ਬਰਸੋ ਰਾਜਾ ਬਰਸੋ ਰਾਜਾ ਕੀ ਇਹ ਗੱਲ ਸੱਚ ਹੈ ਕਿ ਪਤਲੇ ਹੋਣ ਦੇ ਜੀ ਸਭ ਤੋਂ ਜ਼ਿਆਦਾ ਫਾਇਦੇ ਤਸੀਲ ਉੱਟੇ ਹਰ ਪਤਲੀ ਗਲੀ ਚ ਇੰਚ ਕਰਕੇ ਨਿਕਲ ਜਾਂਦੇ ਹੋ हां पाजी पतला होना भी एक बहुत बड़ी कला है जब बारिश पेरी होए तो बंदा दो बूंदों के बीचों भी निकल जाता है <laughs> दो बूंदों के बीचों निकल जाता है <laughs> <laughs> पतली गली ਤੁਸੀਂ ਬੰਬੇ ਫਿਲਮਾਂ ਦੇ ਵਿੱਚ ਡਾਇਲੋਗ ਸੁਣਾ ਹੈ ਨਾ ਪਤਲੀ ਗਲੀ से निकल जा हां जी ਉਹ ਪਾਜੀ ਮੈਨੂੰ ਵੀ ਇੱਕ ਹੀ ਡਾਇਲੋਗ ਬਣਿਆ ਜਵਾਬ ਬਹੁਤ ਸ਼ਾਨਦਾਰ ਸੀ ਪਰ ਤੁਸੀਂ ਸ਼ੁਰੂ ਹੀ ਹਾਂ ਤੋਂ ਕੀਤਾ ਸੀ ਪਰ ਆਪਾਂ ਉਹਨੂੰ ਇਗਨੋਰ ਕਰ ਦਾਂਗੇ ਅੱਛਾ ਬਿੱਤਰੀਕੇ ਜਿਨਾ ਕਰ ਦਾਂਗਾ ਆਪਾਂ ਭਾਜੀ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਭੁੱਖੇ ਰਹਿ ਸਕਦੇ ਹੋ ਪਿਆਸੇ ਰਹਿ ਸਕਦੇ ਹੋ ਚੁੱਪ ਨਹੀਂ ਰਹਿ ਸਕਦੇ ਬੋਲਣ ਦਾ ਹੀ ਸਾਡੀ ਪਹਿਚਾਨ ਹੈ ਬੋਲਣ ਦਾ ਹੀ ਅਸੀਂ ਜਿਹੜਾ ਕੰਮ bizness ਸਾਡਾ ਇਹ ਚੱਲ ਰਿਹਾ ਤੇ ਭਾਜੀ ਚੁੱਪ ਰਹਿੰਦੇ ਤਾਂ ਫਿਰ ਅਸੀਂ ਭੂਖ ਮਰ ਜਾਾਂਗੇ ਸਾਡੇ ਬੱਚਿਆਂ ਦਾ ਕੀ ਹੋਏਗਾ ਸਾਨੂੰ ਬੋਲਣ ਦਿਓ ਭਾਜੀ ਖੁਣਕੇ ਬੋਲਣ ਦਿਓ ਪੀਟੀਸੀ ਬਾਰੀ-ਬਾਰੀ ਬੁਲਾਵੇ ਅਸੀਂ ਬੋਲੀ ਰੱਖਾਂ ਤੇ ਕੰਮ ਚੱਲਦਾ ਰਹੇ ਬਿਲਕੁਲ ਸਰ ਜਵਾਬ ਬਹੁਤ ਸ਼ਾਨਦਾਰ ਪਰ ਤੁਸੀਂ 7000 ਵਾਰੀ ਹਾਂ ਨਾ ਕਰ ਗਏ ਹੋ ਇਹਦੇ ਵਿੱਚ ਪਾਜੀ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਸਪੇਰਾ ਬਣ ਕੇ ਸੱਪ ਵੀ ਫੜ ਲੈਂਦੇ ਹੋ ਇਹ ਬਿਲਕੁਲ ਸੱਚ ਹੈ ਪਾਜੀ YouTube 'ਚ ਮੇਰਾ ਸ਼ੋਅ ਵੀ ਆ ਰਿਹਾ ਸਪੇਰਾ ਉਹ ਬੜਾ ਹਿੱਟ ਚੱਲ ਰਿਹਾ ਮੈਂ ਸਪੇਰਾ ਬਣ ਕੇ ਸੱਪ ਨਹੀਂ ਫੜਦਾ ਪਾਜੀ ਸੱਪ ਜੰਪ ਮਾਰ ਕੇ ਡੰਕ ਮਾਰਦਾ ਸੱਪ ਜਦੋਂ ਫੜਿਆ ਜਾਂਦਾ ਹੈ ਹਾਂ ਉਹਦੇ ਰਿਐਕਸ਼ਨ 'ਚ ਜੀ ਤੁਸੀਂ ਕਦੀ ਨੋਟਿਸ ਕੀਤਾ ਕਿ ਗੁੱਸਾ ਹੁੰਦਾ ਨਹੀਂ ਪਾਜੀ ਉਹ ਰਬੜ ਦਾ ਸੀਗਾ ਉਹ ਹਿੱਲਿਆ ਹੀ ਨਹੀਂ ਕੂਬ ਖੇਲੇਓ ਸਰ ਤੁਸੀਂ ਹਾਂ ਜਾਂ ਨਾ ਦੇ ਵਿੱਚ ਭਾਵੇਂ ਤੁਸੀਂ ਕਿੰਨੀ ਵਾਰੀ ਵੀ ਹਾਂ ਜਾਂ ਨਾ ਕਿਹਾ ਹੋਵੇ ਪਰ ਤੁਹਾਡੇ ਜਵਾਬ ਇੰਨੇ ਮਜ਼ੇਦਾਰ ਸੀ ਕਿ 100/100 ਨੰਬਰ ਹੈ ਜੀ। ਥੈਂਕ ਯੂ ਬਹੁਤ ਹੈ ਜੀ ਆਪਾਂ ਆਪਣੇ ਅਗਲੇ ਰਾਉਂਡ ਵੱਲ ਜਿਹਦਾ ਨਾਮ ਹੈ ਜ਼ਬਾਨ ਸੰਭਾਲ ਕੇ ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦਵਾਂਗਾ ਇੱਕ ਸਿਚੁਏਸ਼ਨ ਦੱਸਾਂਗਾ ਸੁਣਾਵਾਂਗਾ ਉਹਦੇ ਨਾਲ ਰਲਦੇ ਮਿਲਦੇ ਚਾਰ ਪੰਜਾਬੀ ਗਾਣੇ ਤੇ ਤੁਸੀਂ ਦੱਸਣਾ ਕਿ ਉਸ ਸਿਚੁਏਸ਼ਨ ਨੂੰ ਕਿਹੜਾ ਗਾਣਾ ਜਿਹੜਾ ਸਭ ਤੋਂ ਜ਼ਿਆਦਾ ਫਿੱਟ ਬੈਠਦਾ ਹੈ ਅੱਛਾ ਸੋ ਖਿਆਲ ਜੀ ਤੁਹਾਡੀ ਸਿਚੁਏਸ਼ਨ ਹੈ ਤੁਹਾਡਾ ਬਚਪਨ ਦਾ ਪਿਆਰ ਜੀ ਤੁਸੀਂ ਇੱਕੋ ਸਕੂਲ ਚ ਪੜੇ ਫਿਰ ਇੱਕੋ ਕਾਲਜ ਇਕੱਠੇ ਗਏ ਕੁੜੀ ਨਾਲ ਜਿਹੜੇ ਚੌਂਕ 'ਚ ਤੁਸੀਂ ਟਿੱਕੀਆਂ ਖਾਧੀਆਂ ਬਾਅਦ 'ਚ ਤੁਸੀਂ ਮਤਲਬ ਇਕੱਠੇ ਰਹੇ ਪਰ ਜਦੋਂ ਵਿਆਹ ਦੀ ਵਾਰੀ ਆਈ ਤੇ ਤੁਹਾਡੇ ਘਰਦਿਆਂ ਨੇ ਕਿਹਾ ਕਿ ਉਸ ਕੁੜੀ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਤੁਹਾਡੇ ਪਾਪਾ ਨੇ ਤੁਹਾਡਾ ਵਿਆਹ ਆਪਣੇ ਦੋਸਤ ਦੀ ਕੁੜੀ ਨਾਲ ਪੱਕਾ ਕਰਤਾ ਇਸ ਸਿਚੁਏਸ਼ਨ ਤੇ ਕਿਹੜਾ ਗਾਣਾ ਜਿਹੜਾ ਤੁਸੀਂ ਡੇਡिकेट ਕਰਨਾ ਚਾਹੋਗੇ ਇਸ ਸਿਚੁਏਸ਼ਨ ਨੂੰ ਜਾਂ ਤੁਹਾਡੇ ਸਭ ਨਾਲ ਕਿਹੜਾ ਗਾਣਾ ਜਿਹੜਾ ਇਸ ਸਿਚੁਏਸ਼ਨ ਨੂੰ ਫਿੱਟ ਬੈਠਦਾ ਬਰਾਊਨ ਮੁੰਡੇ ਬਾਈ ਐਪੀ ਟਲੋਂ ਚੋਰੀ ਚੋਰੀ ਤੱਕਣਾ ਪਿਆ ਤੇਰੇ ਵਿਆਹ ਵਿੱਚ ਨੱਚਣਾ ਪਿਆ ਬਾਈ ਸੁਨੰਦਾ ਸ਼ਰਮਾ ਚੱਲਦੇ ਤੇਰੇ ਤੇ ਅੱਠ ਪਰਚੇ ਬਾਈ ਬਾਣੀ ਸੰਧੂ ਯਾਰ ਬੇਲੀ ਬਾਈ ਗੁਰੀ ਤੇਰੇ ਵਿਆਹ ਤੇ ਨੱਚਣਾ ਪਿਆ ਇਹ ਠੀਕ ਰਹਿੰਦਾ ਹੈ ਚੋਰੀ ਚੋਰੀ ਤੱਕਣਾ ਪਿਆ ਚੋਰੀ ਚੋਰੀ ਤੱਕਣਾ ਪਿਆ ਚੋਰੀ ਚੋਰੀ ਤੱਕਣਾ ਪਿਆ ਬਾਈ ਸੁਨਮਦਾ ਸ਼ਰਮਾ ਇਹ ਵੀ ਕਮਾਲ ਦੀ ਆਵਾਜ਼ ਦੇ ਧਨੀ ਨੇ ਭਾਜੀ ਇਹ 100% ਸਹੀ ਹੈ ਕਿਉਂਕਿ ਪਿੰਡਾਂ ਦੀ ਆਸ ਕੀ ਹੈ ਉਹ ਮਤਲਬ ਸਕੂਲ ਤੋਂ ਸ਼ੁਰੂ ਹੋ ਕੇ ਤੇ ਜਦੋਂ ਕੁੜੀ ਦੇ ਵਿਆਹ ਵਿੱਚ ਕੁਰਸੀਆਂ ਲਾਣ ਤੱਕ ਚੱਲਦੀ ਹੈ ਫਿਰ ਕੁੜੀ ਆਪ ਦੇ ਕਰੇ ਬੰਦਾ ਆਪ ਦੇ ਕਰੇ ਅੱਜ ਸਾਡੇ ਨਾਲ ਪੂਰੀ ਤਰ੍ਹਾਂ ਖਾ ਪਾ ਰਹੇ ਨੇ ਖਿਆਲੀ ਜੀ ਸੋ ਬਿਨਾ ਕਿਸੇ ਟਲੇ ਦੇ ਜ਼ੋਰਦਾਰ ਤਾੜੀਆਂ ਦੇ ਨਾਲ ਬੁਲਾਉਨੇ ਆ ਔਨ ਦਾ ਸਟੇਜ ਤੇ ਇੰਜੋਏ ਕਰਦੇ ਆ ਉਹਨਾਂ ਦਾ ਸਟੈਂਡ ਅਪ ਪਲੀਜ਼ ਵੈਲਕਮ ਮਿਸਟਰ ਖਾਲੀ ਵਾਂਸ ਅਗੇਨ ਇੱਕ ਵਾਰੀ ਫੇਰ ਸਾਹਮਣੇ ਹਾਂਜੀ ਇਹ ਨਾ ਕੁਝ ਸਵਾਲ ਸਿਗੇ ਦਰਸ਼ਕਾਂ ਦੇ ਤੇ ਮੈਂ ਕਿਹਾ ਮੈਂ ਪੁੱਛਣਾ ਤੜਕੋ ਚਲੋ ਆਣ ਜਾਈ ਇੰਨੇ ਸੋਹਣੇ ਦਰਸ਼ਕ ਹੈ ਤੇ ਇਹਨਾਂ ਦਾ ਸਵਾਲ ਵੀ ਫੇਰ ਕੋਈ ਵਧੀਆ ਹੀ ਹੋਣੇ ਹਾਂਜੀ ਉਹ ਪੁੱਛਦੇ ਨੇ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਖੈਲੀ ਮੈਂ ਭਿਣੇ ਮੇਰੀ ਜਾਂਚ ਚੱਲ ਰਹੀ ਹੈ ਹਲੇ ਹਾਂ ਮੈਨੂੰ ਰਾਜਸਥਾਨ ਵਾਲਾ ਕਹਿੰਦੇ ਵੀ ਉਹ ਛੋਰੋ ਮਾਰੋ ਹੈ ਹਰਿਆਣਾ ਵਾਲਾ ਕਹਤ ਮਾਰਾ ਸਾ ਭਾਈ ਤੇ ਪੰਜਾਬੀ ਕਹਿੰਦੇ ਨਾ ਨਾ ਭਾਈ ਇਹਨੇ ਚੰਡੀਗੜ੍ਹ ਤੋਂ ਐਂਟਰੀ ਮਾਰੀ ਹੈ ਲਫਟਰ ਸ਼ੋਅ ਵਿੱਚ ਸਾਡੇ ਪੰਜਾਬ ਦਾ ਹੈ ਤੇ ਉਹ ਫੈਸਲਾ ਜਦੋਂ ਵੀ ਆਏਗਾ ਕੋਰਟ ਦਾ ਭਾਜੀ ਮੈਂ ਸਭ ਤੋਂ ਪਹਿਲਾਂ ਸ਼ਰਮੇਲੀ ਭੈਣ ਤੁਹਾਨੂੰ ਦੱਸਾਂਗਾ ਕਿ ਮੈਂ ਕਿੱਥੋਂ ਦਾ ਰਹਿਣ ਵਾਲਾ ਕੈਲੀ ਜੀ ਉਹ ਕਹਿਨ ਦਾ ਮਤਲਬ ਸੀ ਤੁਸੀਂ ਕਿੱਥੇ ਪੈਦਾ ਹੋਏ ਹਾਂ ਮੈਂ ਭਨੇ ਚਾਰ ਪਾਈ ਚਪੇਦਾ ਹੋਇਆ ਤੇ ਤੁਹਾਨੂੰ ਕਿਹੜਾ ਰੰਗ ਜਿਹੜਾ ਸਭ ਤੋਂ ਜ਼ਿਆਦਾ ਪਸੰਦ ਹੈ ਇਹਨਾਂ ਨੇ ਪੁੱਛਿਆ ਮੇਰਾ ਰੰਗ ਭਾਜੀ ਮੈਨੂੰ ਉੜਿਆ ਹੋਇਆ ਰੰਗ ਪਸੰਦ ਹੈ ਜਿਵੇਂ ਤੁਸੀਂ ਸਪੋਜ਼ ਕਰੋ ਵੀ ਪਰਵਿੰਦਰ ਆਪਣੀ ਗਰਲਫ੍ਰੈਂਡ ਨਾਲ ਫੜਿਆ ਗਿਆ ਤੇ ਕੁੜੀ ਦੇ ਪਿਓ ਨੇ ਫੜਿਆ ਤੇ ਉਹਦੇ ਨਾਲ ਚਾਰ ਬੰਦੇ ਵੀ ਐ ਤੇ ਸੋਚੋ ਉਸ ਟਾਈਮ ਇਹਦਾ ਰੰਗ ਕਿਹੋ ਜਿਹਾ ਹੋਏਗਾ ਉੜਿਆ ਹੋਇਆ ਉੜਿਆ ਹੋਇਆ ਓ ਉੜਿਆ ਤੇ ਤਾਂ ਭਾਜੀ ਮੈਂ ਕੱਪੜੇ ਵੀ ਦੇਖੋ ਉੜਿਓਏ ਕਲਰ ਦੇ ਪਾਏ ਐ ਕਲਰਫੁਲ ਨੇ ਤੇ ਮੈਨੂੰ ਉੜਿਓਏ ਰੰਗ ਜ਼ਿਆਦਾ ਪਸੰਦ ਆਉਂਦਾ ਉੜਿਆ ਹਾਂਜੀ ਤੇ ਤੁਸੀਂ ਕਿੰਨਾ ਕ ਪੜਿਓ ਮੈਂ ਪੜਿਆ ਭਾਜੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਦਿਨ 24 ਘੰਟੇ ਦਾ ਨਾ 20 ਘੰਟੇ ਭਾਜੀ ਮੈਂ ਪੜਿਆ ਹੀ ਰਹਿੰਦਾ ਕਦੇ ਬਿਸਤਰ ਤੇ ਕਦੇ ਕੁਰਸੀ ਤੇ ਕਦੇ ਛੱਤ ਤੇ ਉੱਤੇ ਇੰਨਾ ਪੜਿਆ ਭਾਜੀ ਮੈਂ ਇੰਨਾ ਪੜਿਆ ਸਵੇਰੇ 10 ਵਜੇ ਤੱਕ ਮੈਂ ਪੜਿਆ ਰਹਿੰਦਾ ਹਾਂ ਤੇ ਪੜਾਈ ਭਾਜੀ ਮੈਂ ਪੜਾਈ ਦੇ ਵਿੱਚ ਮੈਨੂੰ ਇੰਨਾ ਪਿਆਰ ਸੀ ਇੰਨਾ ਪਿਆਰ ਸੀ ਤੁਸੀਂ ਯਕੀਨ ਨਹੀਂ ਕਰੋਗੇ 3 ਸਾਲ ਮ 10ਵੇਂ ਚ ਰਿਆ ਪਾ ਫਿਰ ਗੁਰੂਜੀ ਕਹਿੰਦੇ ਵੀ ਛੱਡ ਦੇ ਹੁਣ ਕਿਹੜੀ ਤੇ ਪੀ ਐਚ ਡੀ ਕਰਨੀ ਆ ਦੱਸੇ ਫਿਰ ਮੈਂ ਨਿਕਲ ਗਿਆ ਭਾਜੀ ਸਕੂਲੋਂ ਪਰ ਤੁਸੀਂ ਕਿਹਾ ਕਿ ਮੈਂ ਮਾਰਕੀਟਿੰਗ ਵੀ ਕਰਦੇ ਹੋ ਮੈਨੇਜਮੈਂਟ ਮੋਟੀਵੇਸ਼ਨਲ ਉਹ ਵੀ ਸਾਰਾ ਕੁਝ ਕਰਦੇ ਹੋ ਤੇ 10ਵੀਂ ਚ ਤੇ ਤੁਸੀਂ ਕਿੱਥੋਂ ਸਿੱਖਿਆ ਇਹ ਸਾਰਾ ਭਾਜੀ ਪੀ ਐਚ ਡੀ ਥੋੜੀ ਕੀਤੀ ਕੋਈ ਯੂਨੀਵਰਸਿਟੀ ਤੋਂ ਥੋੜੀ ਮਾਰਕੀਟਿੰਗ ਸਿੱਖੀ ਤੇ ਪੁਰਾਣੇ ਜ਼ਮਾਨੇ ਤੇ ਫਿਲਮ ਲੱਗਦੀ ਸੀ ਨਾ ਸਿਨੇਮਾ ਦੇ ਉੱਤੇ ਤੇ ਰਿਕਸ਼ਾ रिक्षे पोस्टर ला के रिक्षे रिक्षे। बड़े बड़े पोस्टर ऑटो नहीं पैदल एक एक बंदा के चला है सी। एक मरियल जा सुका जा मतलब माइक भी थोड़ा जा पतला <laughs> तो रोजाना यार शो के साथ सिनेमा में, में आपके अपनेमा अपने जानी दुश्मन धर्मेंद्र जितेंद्र शत्रु सिन्हा चलो रे डोली प्यार मिलन के रुत मारधाड़ एक्शन और रोमांस से भरपूर जितेंद्र लाजवाब परमोस तेरे हाथ में पहना के चूड़िया के मौज बन जा रहा ले गया हाथ में पहना के चूड़िया और रोजाना चार शो में देखिए आपके अपने हिंदी सिनेमा जगत की बड़ी फिल्म शत्रुघ्न सिन्हा राजकुमार सुनील दत्त जाने दुश्मन और तो मगर मगर रिक्शे थे तो वो ਮਤਲਬ ਪੂਰਾ ਸ਼ਹਿਰ ਦੀ 3-4 ਕਲੀਆਂ ਉਹਨਾਂ ਨੇ ਘੁੰਮਣਾ ਤੇ ਅਸੀਂ ਵੀ ਪਿੱਛੇ-ਪਿੱਛੇ ਘੁੰਮਣਾ ਕਿ ਵੀ ਆਰੇ ਕਿਸ ਤਰ੍ਹਾਂ ਪ੍ਰਮੋਸ਼ਨ ਕਰ ਰਹੇ ਹੈ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਹੈ ਫਿਰ ਭਾਜੀ ਉਹਨਾਂ ਦੇ ਕੋਲੋਂ ਹੀ ਮਾਰਕੀਟਿੰਗ ਕਰਨੀ ਸਿੱਖੀ ਉਹਨਾਂ ਦੇ ਕੋਲੋਂ ਹੀ ਪ੍ਰਚਾਰ ਪ੍ਰਮੋਸ਼ਨ ਕਰਨੀ ਸਿੱਖੀ ਤੇ ਬਸ ਫਿਰ ਆਪਣੇ ਆਪ ਨੂੰ ਪ੍ਰਮੋਟ ਕਰੀ ਗਏ ਕਰੀ ਗਏ ਤੇ ਸਾਰਿਆਂ ਦਾ ਇੰਨਾ ਪਿਆਰ ਰਿਹਾ ਕਿ ਬੰਬੇ ਲਫਟਰ ਸ਼ੋਅ ਤੱਕ ਵੀ ਲੈ ਗਏ ਕਮੇਡੀ ਸਰਕਸ ਤੱਕ ਵੀ ਲੈ ਗਏ ਅੱਛਾ ਅਡਾ ਵਿਆਹ ਵੀ ਹੋਇਆ ਹੋਇਆ ਹੈ ਪਾਜੀ ਨਜ਼ਰ ਨਹੀਂ ਹੋਇਆ ਉਹਨਾਂ ਨੂੰ ਮਤਲਬ ਕਿਉਰਿਓਸਟੀ ਹੈ ਤੁਹਾਡੇ ਵਿਆਹ ਦਾ ਕਿੱਸਾ ਜਾਣਨ ਦੀ ਕਿ ਵਿਆਹ ਤੇ ਕੁਝ ਹੋਇਆ ਤਾਂ ਪਾਜੀ ਮੇਰਾ ਵਿਆਹ ਯਾਰ ਬਹੁਤ ਵੱਡਾ ਮਤਲਬ 7 ਕਰੋੜ ਦਾ ਘੋੜਾ ਮੰਗਾਇਆ ਪਾਜੀ ਹੈਰਾਨੀ ਦੀ ਕੀ ਗੱਲ ਤੁਸੀਂ ਸਿੰਗ ਜਿੰਕ ਵੇਖੋ ਅਕਸ਼ੇ ਕੁਮਾਰ ਘੋੜਾ ਬਣਿਆ ਮੈਂ ਦੁੱਲਾ ਦੁੱਲਾ ਕਿੰਨਾ ਬਣਾਇਆ ਭੂਤਣੀ ਕੇ ਪਹਿਲੇ ਲਫਟਰ ਸ਼ੋਅ ਤੇ ਆਇਆ ਨਾ ਲੋਕੀ ਕਹਿੰਦੇ ਲਫਟਰ ਸ਼ੋਅ ਵਾਲੇ ਖਿਆਲੀ ਮਗਾ ਹਾਂਜੀ ਹਾਂਜੀ ਫਰ ਕਾਮੇਡੀ ਸਰਕਸ ਹਿੱਟ ਹੋ ਗਿਆ ਤਾਂ ਕਾਮੇਡੀ ਸਰਕਸ ਨਾਲ ਖੇਲ ਮਗਾ ਹਾਂਜੀ ਹਾਂਜੀ ਤੂੰ ਸੰਗੀਤ ਕਿੰਗ ਰਿਲੀਜ਼ ਹੋਈ ਗਾਣਾ ਹਿੱਟ ਹੋਇਆ ਤੈਨੂੰ ਦੁੱਲਾ ਕਿੰਨਾ ਬਣਾਇਆ ਬੋਸ ਨਹੀਂ ਤਾਂ ਲੋਕੀ ਵੀ ਨਾ ਡਾਇਰੈਕਟ ਹੋ ਗਏ ਕਹਿੰਦਾ ਭਾਜੀ ਤੁਸੀਂ ਉਹ ਭੂਤਨੀ ਵਾਲੇ ਹੋ ਹਾਂਜੀ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਥੈਂਕ ਯੂ ਇੱਧਰੇ ਇੱਧਰੇ ਮਜ਼ਾ ਤੇ ਯਾਰ ਕੱਲਾ ਆਡੀਓ ਆਡੀਓ ਆ ਰਿਹਾ ਵੀਡੀਓ ਤਾਂ ਆਇਆ ਹੀ ਨਹੀਂ ਕਿਹਲੀ ਭਾਜੀ ਹਾਂਜੀ ਭਾਜੀ ਤੋਂ ਉਹਨੂੰ ਦੇਖ ਕੇ ਨੇ ਇੱਕ ਖਿਆਲ ਆਇਆ ਮੈਨੂੰ ਵੀ ਆਇਆ ਛੋਟਾ ਜਿਹਾ ਬੰਦਾ ਹੈ ਛੋਟਾ ਜਿਹਾ ਖਿਆਲ ਹੋਣਾ ਯਾਰ ਦੱਸ ਦੇ ਮੈਂ ਨਹੀਂ ਦੱਸਣਾ ਦੱਸ ਦੇ ਯਾਰ ਭਾਜੀ ਮਜ਼ਾਕ ਨਹੀਂ ਕਰਨਾ ਕੋਈ ਕਮੈਂਟ ਨਹੀਂ ਕਰਨਾ ਮੈਂ ਜ਼ਿੰਮੇਵਾਰ ਬੰਦਾ ਹੈ ਯਾਰ ਜ਼ਿੰਮੇਵਾਰ ਬੰਦਾ ਭਾਜੀ ਤੁਸੀਂ ਲਾਲਟੇਣ ਵੇਖੀ ਹੈ ਹਾਂ ਲਾਲਟੇਣ ਦੇ ਅੰਦਰ ਇੱਕ ਸ਼ੀਸ਼ਾ ਹੁੰਦਾ ਸੀ ਗੋਲਾ ਹਾਂ ਹਾਂ ਉਹਦੇ ਵੱਡੇ ਜੇਠ ਲੱਗ ਰਹੇ ਹੋ ਤੁਸੀਂ ਇਹ ਦੇਖੋ ਭਰਾ ਨੇ ਝੂਆਂ ਵਾਸਤੇ ਹਾਈਵੇ ਨਿਕਲਵਾਇਆ ਹੈ ਤਾਂ ਕਿ ਕੋਈ ਤਕਲੀਫ ਨਾ ਹੋਵੇ ਸਕੂਲ ਦੇ ਵਿੱਚ ਮੈਡਮ ਜਿਹੜੀ ਛੋਟੀ ਨਾਲ ਪੜ੍ਹਾਉਂਦੀ ਹੁੰਦੀ ਹੈ ਨਾ ABC ਉਹ ਛੋਟੀ ਵੀ ਤੁਹਾਡੇ ਨਾਲੋਂ ਮੋਟੀ ਹੈ ਨਾਲੇ ਮੈਨੂੰ ਬਾਹਲੇ ਕਮੈਂਟ ਨਹੀਂ ਕਰਨੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਮੈਂ ਜ਼ਿੰਮੇਦਾਰ ਭਰਾ ਹਾਂ ਸਮਝਿਆ ਕਰੋ ਥੋੜਾ ਜਿਮੇਦਾਰ ਭਰਾ ਉੱਜੈ ਲਿਖਦੇ ਆ ਨਾ ਜੈ ਤੇ ਉਹ ਤੇਥੋਂ ਵੱਡਾ ਹੁੰਦਾ ਏ ਥੋੜਾ ਕਹਿੰਦਾ ਜ਼ਿਮੀਦਾਰ ਭਰਾ ਇਹਨੇ ਪਤਾ ਕਿਵੇਂ ਜ਼ਿਮੀਦਾਰ ਬਣਿਆ ਪ੍ਰਾਤ ਦੇ ਵਿੱਚ ਨਾ ਥੋੜੀ ਜੀ ਮਕਈ ਲਾ ਰੱਖੀ ਆਪਦੇ ਘਰੇ ਹੀ ਕਹਿੰਦਾ ਮੈਂ ਵੱਡਾ ਜ਼ਿਮੀਦਾਰ ਆ ਉਹਦੇ ਲਈ ਤੇ ਇਹਦੇ ਲਈ ਤਾਂ ਉਹ ਖੇਤ ਹੀ ਐ ਖੇਤ ਹੀ ਐ ਔਰ ਕੀ ਆ ਲੈ ਬਿੱਲੀ ਦੇ ਜੇਠ ਹੁਣ ਜਿਹੜਾ ਮੈਨੂੰ ਖਿਆਲ ਆਇਆ ਉਹ ਤੁਸੀਂ ਸੁਣਨਾ ਹਾਂ ਜੀ ਹਾਂ ਹਾਂ ਪਹਿਲੇ ਉਹ ਖੜਕਾਓ ਤੇਨੇ ਕੋਈ ਚੰਗਾ ਖਿਆਲ ਆਇਆ ਮੈਨੂੰ ਆਇਆ ਕਿ ਪੰਗੜਾ ਪਾ ਲੈਨੇ ਆ बिल्कुल सही ख़्यालु या आजो फिर आरियो आयो आरियो आयो आयो